नानक नाम चढ़दी कला तेरे भाणे सरबदा भला। वेलकम टू दिस स्पिरिचुअल जर्नी दर्शन मार्ग। जिस तरह आप जी ने पता कि असी आप जी दे रूप रूप किसी ना किसी रब दे प्यारे नूं जिन्होंने महाराज जी दे नाल अपना टाइम गुजारिया समा गुजारिया जां उस टाइम ते समा गुजारिया कि जो महाराज जी डेरा साहिब लूनी होया करते सीगे जां उन्हां दे नाल सेवावां मिलियां सेवावां कीतियां ते उन्हां नूं लैके आंदे आ ते उन्हां दी जबानी पुछदे आ कि उन्होंने उस हजूर नूं उस साडे रैबर नूं किस तरह देखिया किस तरह उन्हां को आए किस तरह सबब बनिया कि उन्होंने उन्हां नूं भी चुनिया इस अपनी जर्नी दे विच। कहिंदे बड़े उत्तम भाग होण बड़े किते कि कहिंदे आ पर उपकार किते होण ते तां किते महापुरख दी शो मिलदी है कि संत महात्मा दा साथ मिलदा है वरना करोड़ां अरबां जी आंदे ने चले जांदे ने ते तरसदे रह जांदे ने ते असी भागां वाले हाँ कि जिन्हां नूं महाराज दर्शन दास जी मिले और उन्हां दा संग और उन्हां नूं तकन दी एक टाइम मिलिया। अज साडे नाल ने जगीर दास जगीर जी जिन्हां नूं महाराज जी बिजली दे नां नाल याद करिया करदे सी जगीर बिजली असी जगीर भाजी बिजली क्या करदे सी अज उन्हां ने टाइम कढ़िया ते उन्हां नूं पुछदे आ अज कि उन्हां नूं एक किस तरह सवाब मिलिया कि महाराज दर्शन दास जी दे कोल आवन दा। जगीर भाजी नानक नाम चढ़दी कला तेरे भाणे सरबत दा भला। वेलकम टू द स्पिरिचुअल जर्नी। आपका बहुत बहुत धन्यवाद कि आपने अज टाइम कढ़िया है ते अज साडे ये स्रोतियां नूं साडे ये दर्शकां नूं ये दसो उस हजूर महाराज दर्शन दास दे कोल तुसी किस तरह पहुंचे वो की सबब बनिया ते तुसी कित्थे रहिंदे सीगे पहलों। ਇਸ ਤਰ੍ਹਾਂ ਜੀ ਅਸੀਂ ਨੱਥੂ ਕਲੋਨੀ ਰਹਿੰਦੇ ਸੀ ਦਿੱਲੀ ਚ ਸ਼ਾਹਦਰਾ ਨੱਥੂ ਕਲੋਨੀ ਦਿੱਲੀ ਦਿੱਲੀ ਚ ਜੀ ਔਰ ਨੱਥੂ ਕਲੋਨੀ ਸਬੱਬ ਇਸ ਤਰ੍ਹਾਂ ਬਣਿਆ ਜਾਣ ਦਾ ਮਹਾਰਾਜ ਦਰਸ਼ਨ ਦਾਸ ਜੀ ਕੋਲ ਕਿ ਬਲਵੰਤ ਸਿੰਘ ਜਿਹੜੇ ਸਾਡੇ ਮਤਲਬ ਕਿ ਅਸੀਂ ਧਰਮ ਦੇ ਭਰਾ ਬਣੇ ਸਾਂ ਬੜੀ ਪੱਕੀ ਦੋਸਤੀ ਸੀ ਸਾਡੀ ਜਿੱਥੇ ਵੀ ਜੋ ਵੀ ਜਾਣਾ ਜਿੱਥੇ ਜਾਣਾ ਜੋ ਕੁਛ ਕਿਹਨੂੰ ਦੇਖਣੀ ਜੋ ਸਭ ਮਤਲਬ ਇਕੱਠੇ ਹੀ ਬਹੁਤ ਪਿਆਰ ਸੀ ਸਾਡਾ ਆਪਸ ਵਿੱਚ ਮੈਂ ਉਹਨਾਂ ਦੇ ਐਤਵਾਰ ਦਾ ਦਿਨ ਸੀ ਛੁੱਟੀ ਸੀ ਤੇ ਅਸੀਂ ਉਹਨਾਂ ਦੇ ਘਰ ਗਏ ਘਰ ਗਿਆ ਤੇ ਉਹ ਬੈਠਕ ਦੇ ਵਿੱਚ ਪੱਗ ਬਣ ਰਹੇ ਸੀ ਤਿਆਰ ਹੋ ਰਹੇ ਸੀ ਬਲਵੰਤ ਸਿੰਘ ਤੇ ਮੈਂ ਪੁੱਛਿਆ ਵੀ ਉਹਨਾਂ ਨੇ ਛਾਤੀ ਦੇ ਇੱਥੇ ਪਸਲੀਆਂ ਦਰਦ ਰਹਿੰਦਾ ਸੀ ਬਹੁਤ ਜ਼ਿਆਦਾ ਜੀ ਉਸ ਸਮੇਂ 'ਚ ਵੱਡੇ ਤੋਂ ਵੱਡੇ ਡਾਕਟਰ ਨੇ ਛੱਡਿਆ ਜਿਹਨਾਂ ਦੀ ਉਸ ਟਾਈਮ 500 ਰੁਪਏ ਫੀਸ ਸੀ ਉਸ ਟਾਈਮ 500 ਰੁਪਇਆ ਬਹੁਤ ਵੱਡੀ ਚੀਜ਼ ਸੀ ਜਿਨ੍ਹਾਂ ਦੀ ਸਿਰਫ 500 ਫੀਸ ਸੀ ਔਰ ਦਵਾਈ ਅਲੱਗ ਜੀ ਤੇ ਮੈਂ ਪੁੱਛਿਆ ਮੈਂ ਕਿਹਾ ਜੀ ਬਲਵੰਤ ਸਿੰਘ ਮੈਂ ਕੀ ਹਾਲ ਆ ਕਹਿੰਦਾ ਜੀ ਠੀਕ ਹੈ ਮੈਂ ਥੋੜਾ ਹਿੱਲ ਜਾ ਗਿਆ ਹਿੱਲ ਗਿਆ ਤੇ ਮੈਂ ਕਿੱਥੋਂ ਠੀਕ ਹੋਇਆ ਕਹਿੰਦੇ ਯਾਰ ਲੋਣੀ ਬਾਬਾ ਜੀ ਆਏ ਨੇ ਹੈ ਤੇ ਮੁੰਡੇ ਦੇ ਨੇ ਮਤਲਬ ਕੋਈ ਬਾਬਾ ਜੀ ਲੱਗਦੇ ਵੀ ਨਹੀਂ ਆ ਔਰ ਬੜੀ ਸ਼ਕਤੀ ਦੇ ਮਾਲਕ ਨੇ ਬਾਕੀ ਉਹ ਲੱਗਦੇ ਇਸ ਤਰ੍ਹਾਂ ਨੇ ਜਿਵੇਂ ਫਿਲਮਾਂ ਦੇ ਹੀਰੋ ਕਹਿ ਲਓ ਜਾਂ ਕਾਲਜਾਂ ਦੇ ਮੁੰਡੇ ਕਹਿ ਲਓ ਬੈਲ ਬੋਟਮ ਪਾਉਂਦੇ ਨੇ ਔਰ ਸ਼ਰਟ ਪਾਉਂਦੇ ਨੇ ਔਰ ਸ਼ਕਤੀ ਬਹੁਤ ਆ ਉਹਨਾਂ ਚ ਵਾਹ ਜੀ ਵਾਹ ਤੇ ਮੈਂ ਯਾਰ ਮੈਂ ਤੇ ਫਿਲਮ ਵੇਖਣ ਦੇ ਮੂਡ ਚ ਆਇਆ ਸੀ ਮੈਂ ਚਲੋ ਫਿਰ ਬਾਬਾ ਜੀ ਦਾ ਦਰਸ਼ਨ ਕਰਨੇ ਛੱਡੋ ਪਰ ਫਿਲਮਾਂ ਫੁਲਮਾਂ ਕਹਿੰਦਾ ਚੱਲ ਮੈਂ ਜਾ ਹੀ ਰਿਹਾ ਬਸ ਮੈਂ ਪੱਗ ਬੰਨ ਕੇ ਚੱਲ ਰਿਹਾ ਮੈਂ ਪੱਗ ਬੰਨ ਕੇ ਨਿਕਲਿਆ ਸਾਂ ਘਰੋਂ ਨਾ ਤੋਂ ਅਸੀਂ ਉੱਥੋਂ ਹੀ ਆਪਣਾ ਫਿਰ ਚਲੇ ਗਏ ਬਾਬਾ ਦਰਸ਼ਨ ਦਾਸ ਜੀ ਕੋਲ ਇਹ ਸਨ 77 ਦੀ ਗੱਲ ਹੈ ਗਏ ਤੇ ਛੋਟਾ ਜਿਹਾ ਕਮਰਾ ਹੁੰਦਾ ਸੀ ਉਦੋਂ ਕੋਈ ਸਰੋਵਰ ਸਾਹਿਬ ਨਹੀਂ ਸੀ ਕੋਈ ਨਿਸ਼ਾਨ ਸਾਹਿਬ ਨਹੀਂ ਸੀ ਕੋਈ ਹੋਰ ਕਮਰਾ ਬਿਲਡਿੰਗ ਨਹੀਂ ਸੀ ਕੁਛ ਨਹੀਂ ਸੀ ਇੱਕ ਛੋਟਾ ਜਿਹਾ ਕਮਰਾ ਸੀ 10x10 ਦਾ ਲਗਾ ਲਓ ਜਾਂ 8x10 ਦਾ ਲਗਾ ਉਹਦੇ ਹੀ ਮਹਾਰਾਜ ਦਰਸ਼ਨ ਦਾਸ ਜੀ ਗੱਦੀ ਲਾਈ ਸੀ ਗੱਦੀ ਤੇ ਬੈਠੇ ਸੀ ਚਾਰ ਕੁ ਮਾਈਆਂ ਬੈਠੀਆਂ ਸੀ ਚਾਰ ਪੰਜ ਮਾਈਆਂ ਤੇ ਜਦੋਂ ਅਸੀਂ ਗਏ ਤੇ ਜਾਂਦੇ ਹੀ ਕਹਿੰਦੇ ਵੀ ਆ ਵੀ ਆ ਗਿਆ ਮੈਂ ਮਨ ਚ ਸੋਚਿਆ ਮੈਂ ਕਹਿੰਦੇ ਐਂ ਬੋਲ ਰਹੇ ਨੇ ਕਿ ਮੈਨੂੰ ਜਾਣਦੇ ਹੋ ਉਹ ਤੇ ਜਾਣਦੇ ਸੀ ਤੇ ਉਹ ਕਹਿੰਦੇ ਮੈਂ ਕਿਹਾ ਆ ਗਿਆ ਕਹਿੰਦੇ ਆ ਗਿਆ ਮੈਂ ਮਨ ਚ ਆਸੇ ਦੇ ਕਹਿਤਾ ਹਾਂਜੀ ਉੱਥੋਂ ਤੱਕ ਆਵਾਜ਼ ਵੀ ਨਹੀਂ ਗਈ ਹੋਣੀ ਤੇ ਉਹ ਬਾਬਾ ਜੀ ਅੱਗੇ ਨਾ ਬਲਵੰਤ ਸਿੰਘ ਅੱਗੇ ਮੱਥਾ ਟੇਕਣ ਗਏ ਬਾਬਾ ਜੀ ਨੂੰ ਚਰਨ ਸਪਰਸ਼ ਕਰਨ ਗਏ ਚਲੋ ਮਾਰੀ ਮੈਂ ਵੀ ਚਰਨ ਸਪਰਸ਼ ਕਰਾਂ ਮੈਂ ਅੱਗੇ ਚੱਲਣ ਲੱਗਾ ਤੇ ਮੈਨੂੰ ਕਹਿੰਦੇ ਗੇੜ ਜੀ ਸਾਜੇ
ਕਹਿੰਦੇ ਬੈਠ ਜਾ ਬਹਿ ਜਾ ਇੱਥੇ। ਅਸੀਂ ਫਿਰ ਅੱਗੇ ਨਹੀਂ ਗਏ, ਉੱਥੇ ਹੀ ਬੈਠ ਗਏ। ਬੈਠ ਕੇ ਮਾਈਆਂ ਨਾਲ ਗੱਲਬਾਤ ਹੋਈ। ਉਸ ਤੋਂ ਬਾਅਦ ਫਿਰ ਜਦੋਂ ਸਭ ਮਾਈਆਂ ਦੀ ਗੱਲਬਾਤ ਹੋ ਗਈ, ਬਲਵੰਤ ਸਿੰਘ ਨੇ ਪ੍ਰਸ਼ਾਦ ਲੈ ਲਿਆ। ਉਸ ਤੋਂ ਬਾਅਦ ਉੱਠ ਕੇ ਅਸੀਂ ਕਹਿੰਦੇ ਆ ਜਾ। ਅਸੀਂ ਗਏ, ਕੋਈ ਗੱਲ ਕੀਤੀ, ਉਹਨਾਂ ਪੰਜਾਂ ਪਤਾਸਿਆਂ ਦਾ ਪ੍ਰਸ਼ਾਦ ਦਿੱਤਾ। ਕਹਿੰਦੇ ਪ੍ਰਸ਼ਾਦ ਲੈ 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 ਖਾ ਲੈ, ਕੋਈ ਨੀ ਠੀਕ ਹੋ ਜਾਏਗਾ ਮਾਰੀ ਕਿਰਪਾ ਕਰ। ਚਲੋ, ਜੋ ਬਿਮਾਰੀ ਸੀ ਉਹ ਠੀਕ ਤੇ ਇਕਦਮ ਨਹੀਂ ਹੋਈ, ਪਰ ਸਾਡੇ ਦਿਮਾਗ 'ਚ ਆਈ ਕਿ ਚਲੋ ਬਾਬਾ ਜੀ ਦੇ ਘਰ ਦੀ ਦਰ ਘਰ ਦੀ ਸੰਗਤਾਂ ਦੀ ਸੇਵਾ ਕਰੀਏ। ਪਿਛਲੇ ਕਰਮ ਅਗਰ ਸਾਡੇ ਮਾੜੇ ਨੇ ਤੇ ਚਲੋ ਅਗਲੇ ਕਰਮ ਸਾਡੇ ਸਵਰ ਜਾਣ। ਅਸੀਂ ਫਿਰ ਉਸ ਤੋਂ ਬਾਅਦ 'ਚ ਆਸਤੇ ਆਸਤੇ ਆਉਣੇ ਆਉਣਾ ਸ਼ੁਰੂ ਹੋ ਗਏ। ਔਰ 77 'ਚ ਆਏ ਅਸੀਂ। 77 'ਚ ਜਦੋਂ ਬਾਬਾ ਜੀ ਸਤਸੰਗ ਸੁਣੇ, ਸਾਨੂੰ ਗਿਆਨ ਨਹੀਂ ਸੀ ਕਿ ਆਂਡਾ ਮੀਟ ਸ਼ਰਾਬ ਨਹੀਂ ਕਰਨਾ ਚਾਹੀਦਾ, ਅਸੀਂ ਆਂਡਾ ਮੀਟ ਸ਼ਰਾਬ ਕਰਦੇ ਸੀ। ਤੇ ਬਾਬਾ ਜੀ ਤੋਂ ਸਤਸੰਗ ਸੁਣਿਆ, ਬਾਬਾ ਦਰਸ਼ਨਦਾਸ ਜੀ ਦਾ। ਉਦੋਂ ਭਾਜੀ ਉਦੋਂ ਭਾਜੀ ਕੀ ਪਤਾਸਿਆਂ ਦਾ ਪ੍ਰਸ਼ਾਦ ਮਿਲਦਾ ਜਾਂ ਫੁੱਲੀਆਂ ਦਾ ਪ੍ਰਸ਼ਾਦ ਮਿਲਦਾ ਜਾਂ ਕੜਾਹ ਦਾ? ਨਹੀਂ ਜੀ, ਉਸ ਟਾਈਮ ਸ਼ੁਰੂ ਸ਼ੁਰੂ ਦੇ ਵਿੱਚ ਪਤਾਸਿਆਂ ਦਾ ਪ੍ਰਸ਼ਾਦ ਦੇ ਦਿੰਦੇ ਸੀ, ਔਰ ਜਾਂ ਫਿਰ ਟੋਕਰੀ ਦੇ ਵਿੱਚ ਦੋ ਕੇਲੇ ਇੱਕ ਦੇ ਦੋ ਕਰ ਕਰਕੇ ਨਾ ਤੋੜ ਕੇ ਤੇ ਉਹ ਰੱਖੇ ਹੁੰਦੇ ਸੀ ਜ਼ਿਆਦਾਤਰ। ਔਰ ਸ਼ੁਰੂ 'ਚ ਪਤਾਸਿਆਂ ਦਾ ਪ੍ਰਸ਼ਾਦ ਇੱਥੇ ਚੱਲਦਾ ਜੀ, ਕਾਫੀ ਸਾਲ ਤੱਕ ਪਤਾਸਿਆਂ ਦਾ ਪ੍ਰਸ਼ਾਦ ਚੱਲਿਆ। ਫਿਰ ਤੁਸੀਂ ਜਦੋਂ ਗਏ, ਤੁਹਾਡੀ ਮੁਲਾਕਾਤ ਹੋਈ ਤੇ ਤੁਸੀਂ ਘਰ ਗਏ, ਤਾਂ ਤੁਹਾਡੇ ਮਨ ਦੇ ਵਿੱਚ ਕੀ ਕੋਈ ਇਹੋ ਜਿਹੀ ਨਵੀਂ ਉਤੇਜਨਾ ਜਾਗੀ ਕਿ ਯਾਰ ਬਾਬਾ ਜੀ ਨੂੰ ਮਿਲੇ ਆ, ਉਹਨਾਂ ਨੇ ਮੇਰਾ ਪਹਿਲੋਂ ਹੀ ਕਿਹਾ ਆ ਗਿਆ? ਤੁਹਾਨੂੰ ਕੋਈ ਅਨੋਖਾ ਜਿਹਾ ਮਹਿਸੂਸ ਹੋਇਆ ਅੰਦਰ? ਹਾਂਜੀ ਬਿਲਕੁਲ ਮਹਾਰਾਜ, ਏਡੇ ਵੱਡੇ ਮਹਾਂਪੁਰਖਾਂ ਦੇ ਜਿਹੜੇ ਕਿ ਅਕਾਲ ਪੁਰਖ ਦੇ ਰੂਪ ਧਰਤੀ ਤੇ ਆਏ, ਮਹਾਰਾਜ ਦਰਸ਼ਨਦਾਸ ਜੀ, ਸਾਨੂੰ ਉਸ ਟਾਈਮ ਤੇ ਨਹੀਂ ਸੀ ਇੰਨਾ ਪਤਾ, ਲੇਕਿਨ ਉਹਨਾਂ ਦੇ ਦਰਸ਼ਨ ਕਰਕੇ ਸਾਨੂੰ ਮਤਲਬ ਕਿ ਬਹੁਤ ਅੱਛਾ ਲੱਗਾ, ਔਰ ਉਹਨਾਂ ਦੀ ਗੱਲਾਂ ਬਾਤਾਂ ਸੁਣ ਕੇ ਬਹੁਤ ਅੱਛਾ ਲੱਗਦਾ ਸੀਗਾ। ਬੜੇ ਬੜੇ ਹਸਮੁੱਖ ਸੀਗੇ, ਅਸੀਂ ਭੰਡਾਰਿਆਂ ਤੇ ਜਾਂ ਜਾਣਾ ਜਾਂ ਵੈਸੇ ਵੀ ਜਿਸ ਤਰ੍ਹਾਂ ਜਾਣਾ, ਤੇ ਮੈਂ ਉਹਨਾਂ ਦੀ ਜ਼ਿਆਦਾਤਰ ਨਾ ਜਦੋਂ ਮਤਲਬ ਦੀ ਬਾਜੂ ਦੀ ਕਣੀ ਪਾਉਂਦੇ ਸੀ ਔਰ ਬੈਲ ਬੋਟਮ ਪਾਉਂਦੇ ਸੀ, ਸਫਾਰੀ ਸੂਟ ਪਾਉਂਦੇ ਹੁੰਦੇ ਸੀ, ਜਿਹੜੇ ਨਾ ਸੁੰਦਰ ਬਹੁਤ, 6 ਫੁੱਟ ਲੰਬਾ ਕੱਦ, ਗੋਰਾ ਚਿੱਟਾ ਅੰਗਰੇਜ਼ਾਂ ਵਰਗਾ ਰੰਗ, ਮਸਤਾਨੀਆਂ ਅੱਖਾਂ, ਲੰਬੇ ਲੰਬੇ ਵਾਲ, ਜਿਹੜੀ ਆਵਾਜ਼, ਹਾਂਜੀ ਗੜਗੜਾਉਂਦੀ ਆਵਾਜ਼, ਔਰ ਸੰਤਾਂ ਦੇ ਚਿਹਰੇ ਤੇ ਇੱਕ ਅਲੱਗ ਹੀ ਜਿਹੜਾ ਜਲਾਲ ਹੁੰਦਾ ਦੁਨੀਆਂ ਨਾਲੋਂ, ਇੱਕ ਅਲੱਗ ਜਲਾਲ ਹੁੰਦਾ। ਬੋਡੀ ਏਦਾਂ ਸੀ ਜਿਵੇਂ ਸ਼ਿਵਜੀ ਮਹਾਰਾਜ ਦਾ ਸਰੂਪ ਹੁੰਦਾ ਹੈ, ਪੂਰੀ ਘੜੀ ਹੁੰਦੀ ਹੈ, ਮਸਕੁਲਰ ਬੋਡੀ। ਹਾਂਜੀ ਹਾਂਜੀ, ਮਹਾਰਾਜ ਦਰਸ਼ਨਦਾਸ ਜੀ ਕਹਿੰਦੇ ਹੁੰਦੇ ਸੀ ਕਿ ਸਾਡਾ ਜਿਹੜਾ ਸਰੂਪ ਹੈ ਨਾ, ਜਿਹੜਾ ਸਾਡੀ ਸ਼ਕਲ ਸੂਰਤ ਹੈ, ਉਹ ਸ਼ਿਵਜੀ ਵਾਲੀ ਹੈ, ਤੇ ਜਿਹੜਾ ਸਾਡਾ ਗੱਦੀ ਉੱਤੇ ਵਿਸ਼ਵ ਰੂਪ ਹੁੰਦਾ ਹੈ, ਤੇ ਜਿਹੜੀ ਸਾਡੀ ਜੋਤ ਹੈ ਉਹ ਨਾਨਕ ਵਾਲੀ। ਨਾਨਕ ਉਹਨਾਂ ਅਕਾਲ ਪੁਰਖ ਦਾ ਨਾਮ ਰੱਖਿਆ ਤੇ ਅਕਾਲ ਪੁਰਖ ਵਾਲੀ ਜੋਤ। ਔਰ ਮਹਾਰਾਜ ਦੱਸ ਦਿੰਦੇ ਕਿ ਜਲੰਧਰ ਅਸੀਂ ਮਾਸੀ ਦੇ ਘਰ ਉੱਪਰ ਲੇਟੇ ਸਾਂ, ਤੇਜੀ ਮੰਜੀ ਪਈ ਸੀ ਛੱਤ ਦੇ ਉੱਤੇ, ਲੇਟੇ ਸੀ ਜਾਂ ਬੈਠੇ ਸਾਂ, ਇਹ ਮੈਨੂੰ ਧਿਆਨ ਨਹੀਂ ਇਸ ਟਾਈਮ। ਉਹ ਕਹਿੰਦੇ ਹੁੰਦੇ ਸੀ ਕਿ ਉੱਪਰੋਂ ਜੋਤ ਆਈ, ਜੋਤ ਆ ਕੇ ਤੇ ਸਾਡੇ ਮਸਤਕ ਦੇ ਵਿੱਚ ਇੰਟਰਸਟ ਕਰ ਗਈ, ਤੇ ਅਸੀਂ ਆਪਣੀ ਮਸਤੀ 'ਚ ਮਸਤ ਹੋ ਗਏ, ਤੇ ਉਹ ਘਰ ਵਾਲੇ ਸੋਚ ਲਾ ਵੀ ਪਤਾ ਨਹੀਂ ਕੋਈ ਬਣੀਆਂ 'ਚੋਂ ਲੰਘ ਕੇ ਜਾਂਦੇ ਨੇ ਸ਼ਮਸ਼ਾਨ ਘਾਟ 'ਚੋਂ, ਤੇ ਪਤਾ ਨਹੀਂ ਭੂਤ ਵਗੈਰਾ ਚੰਬੜ ਗਿਆ, ਤੇ ਸਿਆਣੇ ਸੁਣੇ ਬੁਲਾਉਣੇ ਸ਼ੁਰੂ ਕੀਤੇ। ਉਹਨਾਂ ਨੇ ਦੱਸਿਆ ਵੀ ਇਹਦੇ ਬਹੁਤ ਵੱਡਾ ਹਿਸਾਬ ਕਿਤਾਬ ਹੈਗਾ, ਉਹ ਜਿਵੇਂ ਤੁਸੀਂ ਸਮਝ ਰਹੇ ਹੋ ਚੀਜ਼ ਨਹੀਂ ਹੈ, ਡਾਕੂਮੈਂਟ ਦੱਸਿਆ ਜੀ। ਮਹਾਰਾਜ ਜੀ ਕਹਿੰਦੇ ਹੁੰਦੇ ਕਿ ਸਾਡਾ ਜਿਹੜਾ ਇਹ ਦੱਸਦੇ ਹੁੰਦੇ ਸੀ। ਹੁਣ ਤੁਸੀਂ ਮੈਨੂੰ ਇਹ ਦੱਸੋ, ਪਿਛਲੀ ਗੱਲ ਜਦੋਂ ਤੁਸੀਂ ਮਹਾਰਾਜ ਜੀ ਨੂੰ ਮਿਲੇ, ਉਸ ਤੋਂ ਬਾਅਦ ਫਿਰ ਕੀ ਤੁਸੀਂ ਲਗਾਤਾਰ ਜਾਣਾ ਸ਼ੁਰੂ ਕਰਤਾ ਡੇਰਾ ਸਾਹਿਬ? ਬਜੀ ਸ਼ੁਰੂ ਚ ਅਸੀਂ ਥੋੜਾ ਥੋੜਾ ਜਾਣਾ ਸ਼ੁਰੂ ਕੀਤਾ, ਫਿਰ ਉਸ ਤੋਂ ਬਾਅਦ ਚੇਲਾ ਮਹਾਰਾਜ ਨਾਲ ਪਿਆਰ ਪੈ ਗਿਆ ਕਿ ਘਰ ਦਿਲ ਨਹੀਂ ਸੀ ਲੱਗਦਾ, ਔਰ ਫਿਰ ਤੇ ਅਸੀਂ ਇਸ ਤਰ੍ਹਾਂ ਕਿ ਸਮਝ ਲਓ ਕਿ ਬਸ ਦਿਲ ਕਰਦੇ ਵੀ ਡੇਰੇ ਚੱਲੀਏ। ਔਰ ਜਦੋਂ ਡੇਰੇ ਵਾਪਸ ਘਰ ਜਾਂਦੇ ਸਾਂ, ਇਹ ਕਹਿਣਾ ਮਹਾਰਾਜ ਜੀ ਬਾਬਾ ਜੀ ਸਾਡੀ ਘਰ ਦੀ ਜ਼ਿੰਮੇਦਾਰੀ ਹੈ ਕਿ ਸਾਡੇ ਪਿਤਾ ਦਾ ਕੰਮ ਬੰਦ ਹੋ ਗਿਆ ਸੀ ਤੇ ਘਰ ਦੀ ਜ਼ਿੰਮੇਦਾਰੀ ਸਾਡੇ ਮੋਢਿਆਂ ਤੇ ਆ ਗਈ ਸੀ, ਤੇ ਸਾਨੂੰ ਪਤਾ 2-3 ਵੱਡੇ ਭਰਾ ਜਿਹੜੇ ਅਸੀਂ 6 ਭਰਾ ਸਾਂ, 3 ਵੱਡੇ ਭਰਾ ਅਲੱਗ ਸੀ ਤੇ ਜਿਹੜੇ 2 ਛੋਟੇ ਭਰਾ ਸੀ ਉਹ ਪੜ੍ਹਦੇ ਸੀ ਛੋਟੇ ਸੀਗੇ, ਤੇ ਅਸੀਂ ਕਹਿਣਾ ਬਾਬਾ ਜੀ ਦੇਰ ਨਹੀਂ ਕਰ ਰਹੇ ਜਾਣ ਨੂੰ, ਲੇਕਿਨ ਜਾਣਾ ਪਏਗਾ, ਘਰ ਦੀ ਜ਼ਿੰਮੇਦਾਰੀ ਹੈ। ਤੇ ਇਹ ਦੱਸੋ ਕਿ ਫਿਰ ਦਿਲ ਲੱਗਦਾ ਜਸ ਓਕੇ ਠੀਕ ਹੈ, ਫਿਰ ਤੁਸੀਂ ਦੱਸੋ ਕਿ ਮੈਨੂੰ ਪਤਾ ਲੱਗਿਆ ਕਿ ਤੁਸੀਂ ਡੇਰਾ ਸਾਹਿਬ ਫਿਰ ਡਿਊਟੀ ਕਰਦੇ ਹੁੰਦੇ ਸੀਗੇ, ਤੇ ਇਹ ਕੀ ਸਭ ਬਣਿਆ? 1977 ਦੇ ਵਿੱਚ ਅਸੀਂ ਮਹਾਰਾਜ ਜੀ ਕੋਲ ਆਏ ਜੀ,
78 च असी महाराज दर्शनदास जी को नाम लिया और 79 च सानू अंदरों आवाज आनी शुरू हो गई कि डेरे आ जा। और घर की जिम्मेदारी सी, फिर महाराज दर्शनदास जी साडी दुकान ते भी दो बारी आए जी। मुखर्जी स्कूल के लागे साडी दुकान सी, मुखर्जी मार्ग से मोटर वाइनिंग का भरा का काम जी, भरा के नाल ही जी करते। चाचा योगा सिंह की दुकान से साडी दुकान चार पांच दुकानों का फर्क सीगा। उत्थे महाराज दर्शनदास जी दो बार साडी दुकान च आए जी। एक बार महाराज जी आए तो उन्होंने कहने लगे पुत्र इस तरह पेट्रोल पंप के लागे ना शादरे छोटे छोटे रेहड़ियां वाले खिलाते सी काले छोले उबाल के ना, कभी छोलिया हमारी तो छोलिया नहीं, काले छोले उबाल के उन्होंने उ हरा धनिया काली मिर्च कट के मसाला मसाला पा के नींबू पा के ना देते दे बहुत स्वाद लगते। महाराज ने एक बार वो मंगाए कहते जाओ पुत्र उतो जाके ना छोले लै गया, छोले खाधे। फिर एक बार दूजी बार जो आए असि मोटर वैन कर रहे सन दुकान च, मैं मोटर वैन कर रहा मेरे कान च आवाज पई के लोनी आले बाबा जी आ गए, लोनी आले बाबा जी आ गए। मैं बाहर वेखिया सामने गड्डी खड़ी करके ना महाराज जी सी 1844 ये बोनट उपर करके कुछ देख रहे थे। मैं बाहर ध्यान किया सामने खड़े जाके बाबा ने मत्था टेकिया। और उस टाइम बाहर का बड़े सार बने से जो लोहर पुल खोड़ आया ना उतो मतलब बड़े सार बने से बार बार आने मतलब जेडे वर्कशॉप वाले कट्ठे हो गए सरदार जी से ज्यादातर जो कह लगे बाबा जी बाढ़ आएगी। बाबा दर्शनदास ने कहा हाँ जी बाढ़ आएगी, क्योंकि जो रब के घरों होंगे वो दसते हैं। लेकिन बाढ़ आई नहीं, उन्होंने बाद मैंने कहा भी तेरे बाबा जी कहते बाढ़ आएगी आई नहीं। मैं जी वो किसी की अरदास किसी टिकाने लग गई, बाबा दर्शनदास ने मैं कट दिता। क्योंकि महाराज दर्शनदास जी सूई तो सूर करने वास्ते धरती से आए ने। ਤੁਸੀਂ ਫਿਰ ਭਰਾ ਜੀ ਡੇਰੇ ਸਾਹਿਬ ਪਰਮਾਨੈਂਟ ਕਦੋਂ ਡਿਊਟੀ ਕਰਨੀ ਸ਼ੁਰੂ ਕਰ ਦਿੱਤੀ? ਤੁਹਾਨੂੰ ਮਹਾਰਾਜ ਜੀ ਨੇ ਕਿਹਾ ਜਾਂ ਤੁਸੀਂ ਆਪੇ ਕੀਤੀ? ਨਹੀਂ ਜੀ, ਅੰਦਰੋਂ ਆਵਾਜ਼ ਆ ਰਹੀ ਸੀ ਵੀ ਡੇਰੇ ਚਲਾ ਜਾ, ਅਸੀਂ ਫਿਰ ਆਪਣਾ ਛੱਡ ਛਡਾ ਕੇ ਘਰ ਤੇ ਡੇਰੇ ਚਲੇ ਗਏ। ਡੇਰੇ ਗਏ ਉੱਥੇ ਫਿਰ ਅਸੀਂ ਪਹਿਲੋਂ ਜੋੜੇ ਘਰ ਸੇਵਾ ਕਰਨ ਲੱਗ ਪਏ ਤੇ ਨਰ ਸਿੰਘ ਜੀ ਜਿਹੜੇ ਸੀਗੇ 10 ਨਰ ਸਿੰਘ ਉਹ ਲੰਗਰ ਘਰ ਚ ਲਾਂਗ ਰਹੀ ਸੀ। ਲੰਗਰ ਕੰਟੀਨ ਤੇ ਚਾਹ ਚੂਹ ਪੀ ਰਿਹਾ ਸਾਂ, ਕਹਿੰਦੇ ਆ ਵੀ ਆ ਗਿਆ ਤੂੰ। ਮੈਂ ਹਾਂਜੀ। ਕਹਿੰਦੇ ਯਾਰ ਨੂੰ ਲੰਗਰ ਵਰਤਾਉਣ ਵਾਲਾ ਮੁੰਡਾ ਚਾਹੀਦਾ, ਮੇਰੇ ਨਾਲ ਲੰਗਰ ਵਰਤਾਉਣ ਵਾਲਾ ਨਹੀਂ ਜੀ। ਕੋਈ ਗੱਲ ਨਹੀਂ, ਸੇਵਾ ਕਰੋੜੇ ਘਰ ਕਰੀ ਨਹੀਂ, ਲੰਗਰ ਘਰ ਕਰਵਾਂਗੇ ਜੀ। ਅਸੀਂ ਫਿਰ ਆਪਣਾ ਲੰਗਰ ਵਰਤਾਉਣ ਲੱਗ ਪਏ ਜੀ ਉਹਨਾਂ ਦੇ ਨਾਲ। ਤੇ ਮੁੰਡੇ ਖੁੰਡੇ ਸਾਹਿਬ ਭਾਈ ਭਾਈ ਲੰਗਰ ਵਰਤਾਉਣਾ, ਦਾਲ ਜ਼ਿਆਦਾਤਰ ਅਸੀਂ ਵਰਤਾਉਂਦੇ ਸਾਂ ਤੇ ਲੰਗਰ ਵਰਤਾਉਂਦੇ ਵਰਤਾਉਂਦੇ। ਫਿਰ ਉਸ ਤੋਂ ਬਾਅਦ ਚ ਇੱਕ ਦਿਨ ਸਾਨੀ ਬਾਬਾ ਜੀ ਆਏ ਤੇ ਉਹਨੂੰ ਕਹਿਣ ਲੱਗੇ ਜਗੀਰ ਸਿੰਘ ਮਹਾਰਾਜ ਕਹਿੰਦੇ ਪੁੱਤਰ ਬਾਬਾ ਜੀ ਨੇ ਤੇ ਡਿਪਟੀ ਨਾ ਬਾਬਾ ਦਰਸ਼ਨਾਂ ਦੀ ਡਿਪਟੀ ਬਿਜਲੀ ਤੇ ਲਾ ਦਿੱਤੀ। ਫਿਰ ਉਦੋਂ ਸਾਡੀ ਬਿਜਲੀ ਡਿਪਟੀ ਲੱਗ ਗਈ ਜੀ, ਬਿਜਲੀ ਦਾ ਦੇਖਣਾ, ਸਾਊਂਡ ਔਰ ਲਾਈਟ ਦਾ ਦੋਵਾਂ ਦਾ। ਫਿਰ ਤੁਹਾਡਾ ਨਾਂ ਕਿਹਨੇ ਰੱਖਿਆ ਬਿਜਲੀ? ਮਹਾਰਾਜ ਦਰਸ਼ਨ ਦਾ ਸਾਡਾ ਨਾਮ ਰੱਖਿਆ ਜੀ ਬਿਜਲੀ। ਇਸ ਤਰ੍ਹਾਂ ਕਿ ਅਸੀਂ 1980 ਦੀ ਗੱਲ ਹੈ ਜੀ, 79 ਸਾਡੀ ਬਿਜਲੀ ਡਿਪਟੀ ਲੱਗੀ। 1980 ਦੇ ਵਿੱਚ ਅਸੀਂ ਉਦੋਂ ਬਾਹਰ ਕੋਠੀ 'ਚ ਰਹਿੰਦੇ ਹੁੰਦੇ ਸੀ ਤੇ ਮਹੀਨਾ ਸਵਾ ਮਹੀਨਾ ਮਤਲਬ ਬੁਖਾਰ ਚੜਿਆ ਜੀ। ਔਰ ਫੜ ਲਈ ਕਿ ਅਸੀਂ ਦਵਾਈ ਨੀ ਲੈਣੀ। ਰਵਿੰਦਰ ਸਿੰਘ ਨੇ ਜਾਂ ਹੋਰ ਵੀ ਕਾਫੀ ਸੇਵਾਦਾਰਾਂ ਨੇ, ਬਲਵੰਤ ਬਾਬਾ ਜੀ ਬਲਵੰਤ ਸਿੰਘ ਨੇ ਵੀ ਮੈਨੂੰ ਕਿਹਾ ਬਹੁਤ ਕਿ ਯਾਰ ਤੂੰ ਦਵਾਈ ਖਾ। ਮੈਂ ਜੀ ਨਹੀਂ ਦਵਾਈ ਨੀ ਖਾਣੀ, ਜਿੱਦ ਫੜ ਲਈ ਲਾਸਟ ਸਮਾਂ ਸੀਗਾ। ਅੰਦਰੋਂ ਆਵਾਜ਼ ਆਉਂਦੀ ਸੀ ਕਿ ਤੂੰ ਇਸ ਤਰ੍ਹਾਂ ਬਿਮਾਰ ਪਿਆ ਜਿਵੇਂ ਲਾਸਟ ਸਮੇਂ ਤੇ ਬੰਦਾ ਬਿਮਾਰ ਪੈਂਦਾ ਨਾ, ਇਸ ਤਰ੍ਹਾਂ ਤੂੰ ਬਿਮਾਰ ਪਿਆ। ਤੇ ਉੱਥੇ ਕੋਠੀ ਇੱਕ ਸੇਵਾਦਾਰ ਸੀਗਾ ਮਹਾਰਾਜ ਦਰਸ਼ਨਦਾਸ ਜੀ ਦੇ ਨਾਲ ਜਿਹੜਾ ਪੜ੍ਹਿਆ ਸੀਗਾ ਕਲਾਸ ਸੈਲੂ ਸੀ ਮਹਾਰਾਜ ਦਰਸ਼ਨਦਾਸ ਜੀ ਦਾ, ਉਹਦਾ ਨਾਂ ਸੀ ਵੀਰ ਸਿੰਘ, ਬੀਬੀ ਸਿੰਘ ਬਟਾਲ ਵੀ ਕਹਿੰਦੇ ਹੁੰਦੇ ਤੁਸੀਂ ਟਾਣਾ ਬਾਬਾ ਜੀ ਜਾਂ ਹੋਰ ਕਿਤੇ। ਤੇ ਉਹਨਾਂ ਨਾਮ ਰੱਖਿਆ ਬਾਬਾ ਤੁਸੀਂ ਟਾਣਾ ਤੇ ਕਹਿਣ ਲੱਗਾ ਜੀ ਉਹ ਨਾ ਹੱਥ ਵੇਖ ਰਿਹਾ ਸੀ ਸਭ ਦੇ, ਬਲਵੰਤ ਸਿੰਘ ਦਾ ਹੱਥ ਵੇਖਿਆ, ਉਹਨੂੰ ਦੱਸਿਆ ਵੀ ਐਸੇ ਸਾਲ 'ਚ ਤੇਰੇ ਮੁੰਡਾ ਹੋਣਾ। ਕਹਿੰਦੇ ਨਹੀਂ ਜੀ ਇਸ ਤਰ੍ਹਾਂ ਨਹੀਂ ਹੋ ਸਕਦਾ, ਦੋ ਕੁੜੀਆਂ ਹੋ ਗਈਆਂ ਨੇ ਤੇ ਪਾਪੇ ਦਾ ਨਹੀਂ ਕਹਿਣਾ ਵੀ ਡੇਰੇ ਦੇ ਕੰਮ ਕਰਨਾ ਨੀ, ਉਹ ਡੇਰੇ ਰਹਿੰਦਾ ਤੇ ਬੱਚੇ ਆਪਣਾ। ਕਹਿੰਦੇ ਨਹੀਂ ਇਸ ਸਾਲ 'ਚ ਆਉਣਾ ਹੀ ਆਉਣਾ। ਚਲੋ ਉਹ ਆਇਆ, ਉਹਨਾਂ ਦੀ ਜੋ ਉਹਨਾਂ ਹੱਥ ਵੇਖ ਕੇ ਦੱਸਿਆ ਉਹ ਪੂਰਾ ਹੋਇਆ। ਹੋਰ ਇੱਕ ਦੋ ਨੂੰ ਦੱਸਿਆ ਉਹਨਾਂ ਨੇ ਜੋ ਦੱਸਿਆ ਮਤਲਬ ਬਿਲਕੁਲ ਪਰਫੈਕਟ ਦੱਸਿਆ, ਹੱਥ ਵੇਖਣਾ ਬਹੁਤ ਅੱਛੀ ਤਰ੍ਹਾਂ ਜਾਣਦੇ ਸੀ। ਅਸੀਂ ਵੀ ਹੱਥ ਵਿਖਾਇਆ, ਮੈਂ ਜੀ ਵੇਖਣਾ ਸਾਡਾ, ਉਹ ਜਿਹਦੇ ਨਾ ਘਬਰਾ ਜੇ ਗਏ। ਮੈਂ ਕੀ ਗੱਲ, ਕਹਿੰਦੇ
नहीं बस ठीक है तेरा दिल च नहीं हल्का होंगे नहीं नहीं यार कोई गल नहीं कोई ऐसी गल नहीं है तू दस उन्हें दसिया कि हफ्ता दस दिन तेरी उम्र रह गई थोड़ा झलका देर लगा लेकिन अभी चल कोई गल नहीं यार साढ़े कि बच्चे शादी चुकी हुई थी असि अपना हफ्ते दस दिन बाद सबब बनना सी जिन्नी लिखी सी मौत आनी सी परमाने ने बचा हफ्ते दस दिन बाद ना लाइटा चल रही थी काफी लेट तक ना दस ग्यारह का शायद टाइम सीगा लाइटा चल रही थी अभी क्या यार चल डेरे जाके ना लाइटा बंद कराए उदो बाउंड्री वगैरह कुछ नहीं होंगी सामने नजर आ रही असि बल्लियां कट के ना थोड़ी थोड़ी दूरी से लाइटा लगाइया सन बल्ब असि लाइटा बंद कर गए जब वेखिया तो चिट्टा निशान साहब जोड़ा सी तार उठ लकड़ा ट्रक आ ट्रक उच्चा होगा काफी मतलब कि लकड़ा उपर तक होनी है वो तार अड़ के ना तार टुट गई चिट्टे निशान साहब जी बस उस टाइम है नहीं असि तार कट्ठी करके ना लपेट लग बंडल जहा बना के निशान साहब ने टंग दिती तार क्योंकि हवा बड़ी तेज चल रही चारे पास खुला कोई बुला सिर्फ डेरा ही होंदा सी ए ब्लॉक दो चार कोठियां सी असि पलास लिया के लंबी तार छिल के ना काफी लंबी घुंडी पा रहे सब पलास न नहीं सी हो रहा असि आखना कर लग पे बह टंगी सी मतलब उपर जोड़ते जोड़ते थले इनी दूरी से ना न्यूट्रल तार थी लोहे की तार जा रही गर्म और ठंडी और जो ठंडी लगी न्यूट्रल लगी अज भी निशान है बह देते इतने लगते एकदम फट लिया क्योंकि उपर जो खाली गर्म तार अस फटने तो करंट नहीं लगता जो तक अर्थिंग ना मिले न्यूट्रल अर्थिंग मिली लंगर का ड्यूटी कर रहे थे लांगरी उदो करनैल सिंह होंगे दस करनैल सिंह पेशाब करना डेरे की बाउंड्री तो बहर बाउंड्री मतलब नहीं सी हुई थोड़ा अगे जाके बाथरूम वगैरह जाइए बाथरूम करके आया मैं वो अखा पारा मेरे वाल वेखे पर नीवी जी नजर करके लंघ गया भी लंघ गया और पांच मिनट पहले चंबड़िया था उसके आने तुम पहले दस पंद्रह मिनट घटो घट चंबड़िया रहा जी उपर करंट देना बड़ा तेज करंट पै रहा फिर इतने जी आत्मा राम हों जी इतों आवाज आई कि हम कहानी खत्म है भी धन दर्शन क्या है मन मन च एक बार धन दर्शन क्या दूजी बारी क्या जो तीजी बारी क्या जोर की साज खुल गई जोर जोर की धन दर्शन अभी कर लग पे धन दर्शन कर लग पे सारे बंदे कट्ठे हो गए उची उची धन दर्शन धन दर्शन धन दर्शन उधरों जो अगे जाके दस ना बंदे कट्ठे हो गए अच्छा फिर जी जो धन 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 दर्शन धन दर्शन धन दर्शन हो फिर असना जी के वो बंदे कट्ठे हो गए जेडे करनैल सिंह जी लांगली सी ना वो काफी लंबे से मेरा पैर फड़न लगे जी उछल के भी मैं पैर फड़ लेना असि उन्होंने कह रहे पैर ना फड़ो क्योंकि इस टाइम धन दर्शन असि किया ना ये करंट मारे दर्शन साहब उधर खिंच लिया मैं सिर्फ जिम्मे कीड़िया जहां चल दी ना मूली करंट लगन लग पाया ना ना मातरदा मतलब करंट नहीं लग रहा समझो कि महाराज ने उधर खिंच लिया अपने आले पासे महाराज जी उस टाइम बटाले से अगे जाके दसना असि उन्होंने कह रहे कि तुम मेन स्विच बंद करो सानू ना फड़ो चंबड़ जोगे ना क्योंकि बिजली वाले सानू पता है कि लगेगा चंबड़ वो फिर गुरु राम सिंह जी बिजली का काम करते थे वो मैं सुने इनकुआरी बैठे से इनकुआरी तो अद्ध च पहुंचे ने जिथे मेन सोई सी इतो असी उपरों महाराज ने कृपा की असि उपरों उतर छुट के करंट नो बड़े स्लो 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 थले आए हैं जे भी फुट तो पंद्रह भी फुट तो डिगे बंदा जितना भार डिगा चूला वगैरह ज रीढ़ की हड्डी वगैरह सब कुछ टुट जाना जी, हाँ, जी। लेकिन सानू क्योंकि महाराज की कृपा ने महाराज ने अपनी कृपा के नाल सानू उपरों लाया और आराम आराम ना ही थले आए थले आ गए जी क्या महाराज की बड़ी कृपा हुई है
ਫਿਰ ਬਾਅਦ ਵਿੱਚ ਸਾਨੂੰ ਜਦੋਂ ਅਸੀਂ ਉੱਥੋਂ ਮਤਲਬ ਰੰਗ ਕਾਲਾ ਪੈ ਗਿਆ ਸੀ ਬਹੁਤ ਜ਼ਿਆਦਾ ਔਰ ਖੂਨ ਬਿਲਕੁਲ ਸੁੱਕ ਗਿਆ ਸੀ ਔਰ ਬਹੁਤ ਜ਼ਿਆਦਾ ਕਮਜ਼ੋਰੀ ਆ ਗਈ ਸੀ ਬਹੁਤ ਜ਼ਿਆਦਾ ਕਮਜ਼ੋਰੀ ਅਤੇ ਉਂਗਲੀਆਂ ਜਿੱਥੇ ਤਾਰ 'ਚ ਲਟਕੇ ਸਾਰ ਹੈ ਬਾਂਹ 'ਤੇ ਜ਼ਖਮ ਹੋ ਗਏ ਸੀ ਬਹੁਤ ਜ਼ਿਆਦਾ ਅਤੇ ਉਹ ਠੀਕ ਨਹੀਂ ਸੀ ਹੁੰਦੇ ਕਾਫੀ ਪੱਟੀ ਕਾਫੀ ਅਸੀਂ ਪੱਟੀਆਂ ਪੁੱਟੀਆਂ ਕਰਵਾਉਂਦੇ ਰਹੇ ਬਾਅਦ 'ਚ ਅਤੇ ਪਹਿਲਾਂ ਸਾਡੇ ਇੱਥੇ ਬਲਵੰਤ ਸਿੰਘ ਸਾਨੂੰ ਘਿਓ ਪਾ ਕੇ ਦੁੱਧ ਵਗੈਰਾ ਦਿੰਦਾ ਰਿਹਾ ਸੇਵਾ ਸੁਵਾ ਕਰਦਾ ਰਿਹਾ ਫਿਰ ਕਹਿਣ ਲੱਗਾ ਯਾਰ ਇਸ ਤਰ੍ਹਾਂ ਵੀ ਤੂੰ ਘਰ ਚਲਾ ਜਾ ਮੈਂ ਬਾਬੇ ਦਾ ਸੈਕਟਰੀ ਹੈ ਮੈਨੂੰ ਕਿਹੜੇ ਟਾਈਮ ਲੱਗਦਾ ਕਿਹੜੇ ਟਾਈਮ ਨਹੀਂ ਲੱਗਦਾ ਅਸੀਂ ਵੀ ਘਰ ਚਲੇ ਗਏ ਘਰ ਚਲੇ ਗਏ ਔਰ ਫਿਰ ਅਸੀਂ ਮੱਥਾ ਟੇਕਣ ਆਉਂਦੇ ਹੁੰਦੇ ਸਾਂ ਇੱਕ ਦਿਨ ਮੱਥਾ ਟੇਕਣ ਆ ਰਹੇ ਸਾਂ ਬਾਬਾ ਦਰਸ਼ਨ ਦਾਸ ਜੀ ਆਪਣਾ ਬਟਾਲੇ ਤੋਂ ਆ ਗਏ ਉਹ ਜਿਹੜਾ ਜਲ ਘਰ ਦੇ ਨਾਲ ਛੋਟਾ ਦਫ਼ਤਰ ਹੁੰਦਾ ਸੀ ਨਾ ਉੱਥੇ ਬੈਠੇ ਸੀ ਉਹ ਜਾਨੀ ਜਾਣ ਸੀ ਅਸੀਂ ਗੇਟ 'ਚ ਵੜੇ ਉਹ ਨਿਕਲ ਕੇ ਬਾਹਰ ਖੜੇ ਹੋ ਗਏ ਮਹਾਰਾਜ ਜੀ ਕਹਾਣੀ ਦਾ ਤੁਹਾਨੂੰ ਵੀ ਪਤਾ ਤੇ ਕਹਾਣੀ ਦਾ ਸਾਨੂੰ ਵੀ ਪਤਾ ਤੇ ਜੋ ਹੋਣਾ ਸੀ ਮੈਂ ਠੀਕ ਹੀ ਠੀਕ ਹੈ ਤੇ ਮਹਾਰਾਜ ਕਹਿਣ ਲੱਗੇ ਪੁੱਤਰ ਹੋਏ ਇਸ ਤਰ੍ਹਾਂ ਵੀ ਨਾਨਕ ਪਾਤਸ਼ਾਹ ਦਰਬਾਰ 'ਚ ਸੇਵਾ ਕਰ ਰਿਹਾ ਸੀ ਤੂੰ ਮਰ ਗਿਆ ਤੇ ਉਹਨਾਂ ਦਿਨ ਜਵਾ ਲਿਆ ਅੱਜ ਤੋਂ ਤੁਹਾਡਾ ਤੇਰਾ ਨਵਾਂ ਜੀਵਨ ਹੈ ਤੂੰ ਸਾਡਾ ਬੱਚਾ ਹੈ ਅੱਜ ਤੋਂ ਔਰ ਤੇਰਾ ਨਾਮ ਬਿਜਲੀ ਹੈ ਤੂੰ ਡੇਰੇ ਰਹੇਗਾ ਵਾਹ ਇਹ ਬਚਨ ਮਾਰੇ ਧੰਨ ਦਰਸ਼ਨ ਹਾਂਜੀ ਤੇ ਇਹ ਬਚਨ ਮਾਰੇ ਨੇ ਕੀਤੇ ਕਿ ਪੁੱਤਰ ਅੱਜ ਤੋਂ ਤੇਰਾ ਨਵਾਂ ਜੀਵਨ ਹੈ ਪਿਛਲਾ ਜੀਵਨ ਤੇਰਾ ਖਤਮ ਹੈ ਔਰ ਤੂੰ ਡੇਰੇ ਰਹੇਗਾ ਤੇਰਾ ਨਾਮ ਅੱਜ ਤੋਂ ਬਿਜਲੀ ਹੈ ਔਰ ਉਸ ਤੋਂ ਬਾਅਦ ਵਿੱਚ ਰਮੈਨ ਭਵਨ ਚ ਮੁਸ਼ਾਇਰਾ ਸੀਗਾ ਉੱਥੇ ਮਹਾਰਾਜ ਨੇ ਸੰਗਤਾਂ ਸਾਹਮਣੇ ਇਹੋ ਹੀ ਆਪਣੇ ਮੁਖਾਰਬਿੰਦ ਤੋਂ ਲਫਾਜ ਕਹੇ ਕਿ ਇਹ ਮਰ ਗਿਆ ਔਰ ਨਾਨਕ ਪਾਤਸ਼ਾਹ ਦਰਬਾਰ ਸੇਵਾ ਕਰ ਰਿਹਾ ਮਰ ਗਿਆ ਨਾਨਕ ਪਾਤਸ਼ਾਹ ਆਪਣਾ ਨਾਮ ਨਹੀਂ ਸੀ ਲੈਂਦੇ ਨਾਨਕ ਪਾਤਸ਼ਾਹ ਨਾਨਕ ਪਾਤਸ਼ਾਹ ਨੇ ਜਵਾ ਲਿਆ ਔਰ ਅੱਜ ਤੋਂ ਸਾਡਾ ਡੇਰੇ ਰਹੇਗਾ ਔਰ ਇਹਦਾ ਨਾਮ ਬਿਜਲੀ ਹੈ ਫਿਰ ਬਟਾਲੇ ਮਸ਼ਹਿਰਾ ਸੀ ਮਸ਼ਹਿਰੇ ਦੇ ਵਿੱਚ ਮਹਾਰਾਜ ਨੇ ਉੱਥੇ ਵੀ ਸੰਗਤਾਂ ਸਾਹਮਣੇ ਇਹ ਚੀਜ਼ ਕਹੀ ਤਿੰਨ ਵਾਰੀ ਮਹਾਰਾਜ ਨੇ ਬਚਨ ਕੀਤੇ ਕਿ ਉਸ ਤੋਂ ਬਾਅਦ ਮਹਾਰਾਜ ਜੀ ਆਮ ਬੰਦਾ ਭੁੱਲ ਜਾਏਗਾ ਮਹਾਰਾਜ ਦਰਸ਼ਨ ਦਾਸ ਜੀ ਨੇ ਸਾਡਾ ਨਾਮ ਜਗੀਰ ਪਹਿਲਾਂ ਜਗੀਰ ਕਹਿ ਕੇ ਦੂਰੋਂ ਹੀ ਆਵਾਜ਼ ਮਾਰਦੇ ਹੁੰਦੇ ਸੀ ਸ਼ਾਇਦ ਤੁਸੀਂ ਸੁਣਿਆ ਹੋਏਗਾ ਕਿਤੇ ਔਰ ਬਾਅਦ ਵਿੱਚ ਉਹਨਾਂ ਨੇ ਜਿੱਥੇ ਹੀ ਵਹਿੰਦੇ ਸੀ ਨਾ ਬਿਜਲੀ ਕਹਿ ਕੇ ਆਵਾਜ਼ ਮਾਰਦੇ ਸੀ ਜ਼ੋਰ ਦੀ ਸਾਨੂੰ ਆਵਾਜ਼ ਮਾਰਦੇ ਹੁੰਦੇ ਸੀ ਮਹਾਰਾਜ ਜਿੱਥੇ ਹੀ ਵਹਿੰਦੇ ਸੀ ਸਾਨੂੰ ਵੀ ਪਤਾ ਜਦੋਂ ਦੇਖਣਾ ਤੁਹਾਡੇ ਕੋਲ ਇੱਕ ਪੇਸ਼ਕਸ਼ ਹੁੰਦਾ ਸੀ ਇੱਕ ਪਲਾਇਰ ਹੁੰਦਾ ਸੀ ਇੱਕ ਪੇਸ਼ਕਸ਼ ਇੱਕ ਪਲਾਇਰ ਪਲਸ ਇਹ ਹੁੰਦਾ ਸੀ ਹੱਥ 'ਚ ਫੜਿਆ ਕਦੀ ਕਿਸੇ ਖੰਭੇ ਤੇ ਚੜੇ ਹੋਣਾ ਕਦੀ ਕਿਸੇ ਖੰਭੇ ਤੇ ਚੜੇ ਹੋਣਾ ਕਦੀ ਕਿਸੇ ਨੇ ਕਹਿਣਾ ਭਾਜੀ ਸਾਡੀ ਬਿਜਲੀ ਚੱਲੀ ਗਈ ਹੈ ਕਿਸੇ ਨੇ ਕਹਿਣਾ ਸਾਡਾ ਬਲਬ ਨਹੀਂ ਜਗਦਾ ਅੱਛਾ ਕਿਸੇ ਉਦੋਂ ਕੀ ਕਹਿਣਾ ਕਿਸੇ ਨੇ ਜਗੀਰ ਨਹੀਂ ਕਹਿਣਾ ਬਿਜਲੀ ਭਾਜੀ ਜਦੋਂ ਅਸੀਂ ਵੀ ਆਏ ਡੇਰੇ ਰਹਿਣ ਮੈਂ ਕਿਹਾ ਬਿਜਲੀ ਭਾਜੀ ਇਹ ਕਿੱਦਾਂ ਦਾ ਨਾਂ ਹੋਇਆ ਇਹ ਬਿਜਲੀ ਭਾਜੀ ਨਾਂ ਕਿੱਥੋਂ ਹੋਇਆ ਫਿਰ ਉਦੋਂ ਉਹਨਾਂ ਦੱਸਿਆ ਜੋ ਤੁਸੀਂ ਦੱਸਿਆ ਕਿ ਮਹਾਰਾਜ ਜੀ ਨੇ ਦਿੱਤਾ ਹਾਂਜੀ ਇਹ ਕੋਮਲ ਭਾਜੀ ਵੀ ਦੱਸਦੇ ਹੁੰਦੇ ਸੀ ਕਿ ਤੁਹਾਡੀ ਅਸੀਂ ਜਿਹੜਾ ਇਤਿਹਾਸ ਹੈਗਾ ਮਹਾਰਾਜ ਦਰਸ਼ਨ ਦਾਸ ਜੀ ਦੀ ਜਿਹੜੀ ਉਪਮਾ ਆਇਆ ਸੀ ਬਾਹਰ ਸੰਗਤਾਂ ਨੂੰ ਦੱਸੀਦਾ ਤੇ ਬੜਾ ਸਾਨੂੰ ਵੀ ਦਿਲ ਖੁਸ਼ ਹੁੰਦਾ ਕਿ ਇਹੋ ਜਿਹੇ ਸਾਡੇ ਗੁਰੂ ਨੇ ਕਿ ਸਾਨੂੰ ਤੁਹਾਨੂੰ ਉਹਨਾਂ ਬਿਜਲੀ ਤੋਂ ਬਚਾਇਆ ਔਰ ਮਹਾਰਾਜ ਦਰਸ਼ਨ ਦਾਸ ਜੀ ਬਟਾਲੇ ਸੀਗੇ ਉਸ ਟਾਈਮ ਜਦੋਂ ਸਾਨੂੰ ਕਰੰਟ ਲੱਗਾ ਮਹਾਰਾਜ ਦਰਸ਼ਨ ਦਾਸ ਜੀ ਮਾਸੀ ਸੀ ਜਿਹੜੀ ਸ਼ਾਂਤੀ ਦੇਵੀ ਜਲੰਧਰ ਜਿਹੜੇ ਰਹਿੰਦੇ ਸੀਗੇ ਉਹਨਾਂ ਆ ਕੇ ਵੀ ਸਾਨੂੰ ਦੱਸਿਆ ਮਹਾਰਾਜ ਨੇ ਗੱਲ ਕੀਤੀ ਉਹਨਾਂ ਸਾਨੂੰ ਆ ਕੇ ਦੱਸਿਆ ਹਾਂ ਕਿ ਮਹਾਰਾਜ ਬਾਬਾ ਦਰਸ਼ਨ ਦਾਸ ਜੀ ਉੱਥੇ ਬਟਾਲੇ ਨੇੜੇ ਬੈਠੇ ਸੀ ਔਰ ਰੱਬੀ ਗੱਲਾਂ ਦੱਸ ਰਹੇ ਸਨ ਸੰਗਤਾਂ ਨੂੰ ਤੇ ਇੱਕਦਮ ਹੀ ਮਹਾਰਾਜ ਦਰਸ਼ਨ ਦਾਸ ਜੀ ਦਾ ਸਰੀਰ ਜਿਹੜਾ ਉਹ ਆਕੜ ਗਿਆ ਜੀਭ ਤਾਂ ਚੜ ਗਈ ਅੱਖਾਂ ਤਾਰੇ ਲੱਗ ਗਈਆਂ ਤੇ ਰੰਗ ਕਾਲਾ ਪੈ ਗਿਆ ਤੇ ਅਸੀਂ ਕਹਿੰਦੇ ਪਿੱਛੇ ਪਿੱਛੇ ਅੜ ਗਏ ਅਸੀਂ ਡਰ ਗਏ ਇਹ ਕੀ ਹੋ ਗਿਆ ਮਹਾਰਾਜ ਤੁਹਾਨੂੰ ਮਾਸੀ ਜਾ ਕੇ ਦੱਸਿਆ ਕਹਿੰਦੇ ਜਦੋਂ ਫਿਰ ਤੈਨੂੰ ਉਤਾਰਿਆ ਮਹਾਰਾਜ ਨੇ ਆਪਣੀ ਕਿਰਪਾ ਦੇ ਨਾਲ ਬਚਾਇਆ ਕਿਰਨ ਤੋਂ ਤਾਰਾਂ ਤੋਂ ਲਾਇਆ ਤੇ ਕਹਿਣ ਲੱਗੇ ਕਿ ਫਿਰ ਅਸੀਂ ਪੁੱਛਿਆ ਬਾਬਾ ਜੀ ਇਹ ਕੀ ਤੁਹਾਡੀ ਖੇਡ ਸੀ ਕਹਿੰਦੇ ਸਾਡਾ ਇੱਕ ਸੇਵਕ ਬਤੋਂ ਬੈਂਗਣ ਵਾਂਗੂ ਤੇ ਲੜਕਿਆ ਸੀਗਾ ਕਿਰਨ ਨਾਲ ਚੰਬੜ ਗਿਆ ਸੀ ਉਹਦਾ ਸਾਰਾ ਕਸ਼ਟ ਨਹੀਂ ਆਪਣੇ ਤੇ ਲਿਆ ਉਹਨਾਂ ਦੱਸਿਆ ਕਿ ਮਹਾਰਾਜ ਨੇ ਇਹ ਕਿਹਾ ਕਿ ਸਾਰਾ ਕਸ਼ਟ ਉਹਦਾ ਆਪਣੇ ਤੇ ਲਿਆ ਪਰ ਸਾਨੂੰ ਪਤਾ ਲੱਗਾ ਸੀ ਕਿ ਮਹਾਰਾਜ ਜੀ ਰਜਾਈ ਲੈ ਕੇ ਲੇਟੇ ਰਹਿੰਦੇ ਸੀਗੇ 17 ਸਤੰਬਰ ਦਿਨ ਐਤਵਾਰ ਸੀਗਾ ਜਿਸ ਦਿਨ ਅਸੀਂ ਚੰਬੜੇ ਹਾਂ ਕਲੰਡਰ ਦੇ ਨਾਲ
ਕਹਿੰਦੇ ਮਹਾਰਾਜ ਜੀ ਉੱਥੇ ਰਜਾਈ ਲੈ ਕੇ ਲੇਟੇ ਰਹਿੰਦੇ, ਉਦੋਂ ਕਾਫੀ ਬਟਾਲੇ ਤੋਂ ਨਾ ਕਾਫੀ ਲੇਟ ਆਏ ਸੀ ਮਹਾਰਾਜ ਦਾ ਸ਼ਿਕਾਰ। ਉਸ ਤੋਂ ਬਾਅਦ ਮਾਸੀ ਨੇ ਫਿਰ ਦੱਸੀ ਸਾਰੀ ਸਟੋਰੀ ਕਿਵੇਂ ਕਿਵੇਂ ਹੋਈ। ਉਹਨੇ ਆਪੇ ਸਾਨੂੰ ਦੱਸ ਦਿੱਤਾ ਵੀ ਆਪਰੇਸ਼ਨ ਤੇਰੀ ਇੱਥੇ ਸੀ, ਕਹਿੰਦੇ ਆਪਰੇਸ਼ਨ ਉੱਥੇ ਮਹਾਰਾਜ ਦੀ ਹੋ ਗਈ ਸੀ, ਸਾਰਾ ਕਸ਼ਟ ਤੇਰਾ ਮਹਾਰਾਜ ਦਰਸ਼ਨ ਦਾ ਜੀ ਕਹਿਣ ਲੱਗੇ ਸੇਵਕ ਦਾ ਹੀ ਆਪਣੇ ਉੱਤੇ ਲਿਆ। और असी भागा वाले हाँ, करमा वाले हाँ कि उन्हां दी सानू शो मिली। असी भागा वाले हाँ, असी उन्हां नू इन्ना खांदे नाल तकिया। असी भागा वाले हाँ, उन्हां दे हर रोज दर्शन कीते। ਭਾਜੀ ਹੁਣ ਇਹ ਦੱਸੋ ਕਿ ਤੁਹਾਡੀ ਡਿਊਟੀ ਉੱਥੇ ਲੱਗੀ ਸੀ, ਬੜੀਆਂ ਸੰਗਤਾਂ ਆਉਂਦੀਆਂ ਸੀ, ਬੜੀਆਂ ਸੰਗਤਾਂ ਜਾਂਦੀਆਂ ਸੀਗੀਆਂ, ਕੀ ਕਦੀ ਤੁਸੀਂ ਕੋਈ ਇਹੋ ਜਿਹਾ ਹੋਰ ਵਾਕਿਆ ਦੇਖਿਆ ਕੋਈ ਕਿਸੇ ਦੇ ਨਾਲ, ਜਾਂ ਜਿਹੜੀ ਸੰਗਤ ਕੋਈ ਆਈ ਹੋਵੇ ਕੋਈ ਇਹੋ ਜਿਹਾ ਕੋਈ ਮਹਾਰਾਜ ਦੇ ਪ੍ਰਤੀ ਜਿਹੜਾ ਸੰਗਤਾਂ ਡੇਰੇ ਆਉਂਦੀਆਂ ਸੀ? ਹਰ ਇੱਕ ਦਾ ਆਪਣਾ ਆਪਣਾ ਵਿਚਾਰ ਹੁੰਦਾ ਸੀ, ਹਰ ਇੱਕ ਦੀ ਆਪਣੀ ਭਾਵਨਾ ਹੁੰਦੀ ਸੀ। ਹਾਂਜੀ ਦੱਸਣਾ ਜੀ, ਉਸ ਤੋਂ ਪਹਿਲਾਂ ਇੱਕ ਦੱਸਾਂਗਾ ਜੀ ਕਿ ਅਸੀਂ ਅੰਮ੍ਰਿਤਸਰ ਹਕੀਮਾਂ ਵਾਲੇ ਚੌੜੇ ਬਾਜ਼ਾਰ 'ਚ ਰਹਿੰਦੇ ਸਾਂ ਜੀ। ਸਾਡੇ ਘਰ ਹਰਿਮੰਦਰ ਸਾਹਿਬ ਬਿਲਕੁਲ ਸਿੱਧਾ ਆ ਜਾਂਦਾ ਸੀ, ਸਿੱਧਾ ਰਸਤਾ ਸੀ। ਤੇ ਸਾਡੇ ਘਰ ਦੇ ਜਿਹੜਾ ਮੂੰਹ ਹੈਗਾ ਉਹ ਚੜ੍ਹਦੇ ਵਾਲੇ ਪਾਸੇ ਸੀ ਜੀ, ਅੰਮ੍ਰਿਤਸਰ ਡੇਰੇ ਲੋਹੜੀ ਡੇਰੇ ਦਾ ਵੀ ਜਿਹੜਾ ਨਾ, ਲੋਹੜੀ ਡੇਰੇ ਨੂੰ ਮਾਰੇ ਦਰਸ਼ਨ ਦਾ ਅਸੀਂ ਦਿੱਲੀ ਡੇਰਾ ਕਹਿੰਦੇ ਸੀ, ਉਹਨਾਂ ਕਦੇ ਲੋਹੜੀ ਡੇਰਾ ਨਹੀਂ ਕਿਹਾ, ਲੇਕਿਨ ਜਵਾਬ ਲਿਖਦੇ ਹੋ ਲੇਕਿਨ ਲੋਹੜੀ ਉਹ ਦਿੱਲੀ ਡੇਰਾ ਕਹਿੰਦੇ ਸੀ, ਤੁਹਾਨੂੰ ਪਤਾ ਹੀ ਹੋਏਗਾ ਜਾਣੀ ਹੈ। ਉਹਨਾਂ ਦੇ ਵਚਨਾਂ ਦੇ ਅਨੁਸਾਰ ਵੈਸੇ ਦਿੱਲੀ ਜਗ੍ਹਾ ਆ ਗਈ ਹੈ, ਲੇਕਿਨ ਉਹ ਘੇਰ ਗਈ 84 ਤੋਂ ਬਾਅਦ ਜਗ੍ਹਾ। ਜਿਹੜੀ ਦਿੱਲੀ ਜਾ ਗਈ ਉਹਨਾਂ ਲੋਕ ਵਿਹਾਰ ਨਾਮ ਰੱਖ ਦਿੱਤਾ, ਜਿਹੜੀ ਯੂਪੀ ਜਾ ਗਈ ਉਹ ਇੰਦਰਾਪੁਰੀ 'ਚ ਬਣਾ ਦਿੱਤੀ। ਤੇ ਅਸੀਂ ਅੰਮ੍ਰਿਤਸਰ ਘੀਮਾ ਦੇ ਚੌੜੇ ਬਾਜ਼ਾਰ ਰਹਿੰਦੇ ਹਾਂ, ਬਾਹਰ ਖੜੇ ਉੱਤੇ ਬੈਠੇ ਹੋਏ ਸਾਂ। 5-1 ਸਾਲ ਦੀ ਉਮਰ ਸੀ ਤਕਰੀਬਨ ਅੰਦਾਜ਼ਾ, ਕਿਉਂਕਿ 6 ਸਾਲ ਦੀ ਉਮਰ ਸਾਨੂੰ ਮਾਤਾ ਨੇ ਸਕੂਲੇ ਪਾਇਆ ਸੀ, ਉਹਦੇ ਸਕੂਲੇ ਨੀਚੇ ਪਿਆ, ਇਹਨਾਂ 5-1 ਸਾਲ ਦੀ ਉਮਰ ਸੀ। ਤੇ ਸਾਨੂੰ ਆਵਾਜ਼ ਆਈ, ਆਕਾਸ਼ ਬਾਣੀ ਕਹਿ ਸਕਦੇ ਕਿ ਰੱਬ ਦੀ ਹੋਈ ਜਾਂ ਰੱਬੀ ਆਵਾਜ਼ ਆਈ, ਕੁਛ ਵੀ ਨਾਮ ਦੇ ਸਕਦੇ ਹੋ, ਕਿ ਰੱਬ ਧਰਤੀ ਤੇ ਆ ਗਿਆ ਹੈ ਚੜ੍ਹਦੇ ਵਾਲੇ ਪਾਸੇ, ਇੰਨੀ ਆਵਾਜ਼ ਆਈ ਸਾਨੂੰ। ਔਰ ਅਸੀਂ ਕਾਫੀ ਦੇਰ ਉਹ ਸਾਨੂੰ ਮਤਲਬ ਕਿ ਅਸੀਂ ਕਿਸੇ ਨੂੰ ਦੱਸੀ ਨਹੀਂ ਆ ਚੀਜ਼। ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਦੇ ਵਿੱਚ ਅਸੀਂ ਕੁਛ ਬੰਦਿਆਂ ਨੂੰ ਦੱਸਣਾ ਸ਼ੁਰੂ ਕੀਤਾ, ਤੇ ਮਹਾਰਾਜ ਤਰਲੋਚਨ ਦਾਸ ਜੀ ਨੇ ਦਿੱਲੀ ਡੇਰੇ ਲੋਹਣੀ ਡੇਰੇ ਲੜੀਬਾਜ਼ੀ ਖੰਡ ਪਾਠ ਰਖਵਾਏ ਸਨ, 10-15 ਕਰੀਬ, ਜਿਵੇਂ ਖੰਡ ਪੈਰ ਦਾ ਭੋਗ ਪੈ ਗਿਆ, ਇੱਕ ਦਿਨ ਛੁੱਟੀ ਰੱਖੀ, ਫਿਰ ਅਗਲੇ ਦਿਨ ਰਖਵਾਤਾ। ਤੇ ਦੋ ਪਾਠੀ ਤੇ ਆਏ ਸੀ ਬਟਾਲਾ ਸਾਹਿਬ ਤੋਂ, ਔਰ ਦੋ ਪਾਠੀ ਅੱਗੇ ਗੁਰਦਾਸਪੁਰ ਸ਼ਹਿਰ ਤੋਂ ਕਿਸੇ ਪਿੰਡਾਂ ਚੋਂ ਆਏ ਸੀਗੇ। ਤੇ ਅਸੀਂ ਜਦੋਂ ਉਹਨਾਂ ਨੂੰ ਇਹ ਗੱਲ ਦੱਸੀ, ਕਿਉਂਕਿ ਕੋਈ ਵੀ ਨਵਾਂ ਬੰਦਾ ਕੋਈ ਡੇਰੇ ਤੇ ਆਉਂਦਾ, ਇਹਨਾਂ ਦੇ ਪੁਰਾਣੇ ਸੇਵਾਦਾਰ ਉਹਨਾਂ ਨੂੰ ਮਹਾਰਾਜ ਦੇ ਕੌਤਕਾਂ ਬਾਰੇ ਫਿਰ ਦੱਸਦੇ ਨੇ। ਤੇ ਜਦੋਂ ਅਸੀਂ ਹੋਰ ਵੀ ਕੌਤਕ ਕਾਫੀ ਦੱਸੇ, ਔਰ ਜਦੋਂ ਇਹ ਚੀਜ਼ ਜਦੋਂ ਅਸੀਂ ਦੱਸੀ ਨਾ ਕਿ ਸਾਨੂੰ ਆਵਾਜ਼ ਆਈ ਸੀ ਕਿ ਰੱਬ ਧਰਤੀ 'ਤੇ ਆ ਗਿਆ, ਤੇ ਉਹ ਕਹਿਣ ਲੱਗੇ ਕਿ ਸੰਤ ਹਜ਼ਾਰਾ ਸਿੰਘ ਜਿਹੜੇ ਬ੍ਰਹਮ ਗਿਆਨੀ ਅਵਸਥਾ ਦੇ ਮਾਲਕ ਹੋਏ ਨੇ, ਪੂਰਨ ਸੰਤ ਹੋਏ ਨੇ, ਛੋਟੇ ਘੁੰਮਣਾ ਵਾਲੇ, ਉਹਨਾਂ ਵੀ ਇਹ ਗੱਲ ਕਹੀ ਸੀ, ਆਪਣੀ ਕੰਨੀ ਅਸੀਂ ਸੁਣੀ ਹੈ। ਉੱਥੇ ਅਸੀਂ ਖੰਡ ਪਾਠ ਕਰਨ ਜਾਂਦੇ ਸਾਂ, ਉਹਨਾਂ ਕਿਹਾ ਕਿ ਉਹਦਾ ਮੈਨੂੰ ਯਾਦ ਸੀ ਕਿੰਨੇ ਕਿਲੋਮੀਟਰ ਗਿਆ, ਏ ਟੂ ਜ਼ੈਡ ਜਿੰਨਾ ਵੀ ਉਹਨਾਂ ਕਿਹਾ ਕਿ ਇੰਨੇ ਕਿਲੋਮੀਟਰ 'ਤੇ ਰੱਬ ਧਰਤੀ 'ਤੇ ਆ ਗਿਆ। ਬਈ ਇਸ਼ਾਰਾ ਤੁਹਾਨੂੰ ਮੈਂ ਦੇਖਦਾ ਕਲੀਅਰ ਨਹੀਂ ਦੱਸ ਸਕਦਾ, ਲੱਭਣਾ ਤੁਹਾਡਾ ਕੰਮ ਹੈ, ਜਿਹਨੇ ਰੱਬ ਦੇ ਦਰਸ਼ਨ ਕਰਨੇ ਉਹ ਕਰ ਸਕਦਾ। ਪੰਜਾਬ ਦੇ ਵਿੱਚ ਉਹਦਾ ਨੇ ਉਦੋਂ ਕਿਹਾ, ਹਾਂਜੀ ਉਦੋਂ ਕਿਹਾ, ਕਾਫੀ ਸਾਲ ਪਹਿਲੋਂ ਅਸੀਂ ਉਹਨਾਂ ਨੂੰ ਪਿੱਛੇ ਜੇ 7-8 ਸਾਲ ਪਹਿਲੋਂ ਸ਼ਾਇਦ ਖੰਡ ਪਾਠ ਲਿਖਵਾਏ ਸੀ ਮਹਾਰਾਜ ਤਰਲੋਚਨ ਦਾਸ ਨੇ, ਮੈਨੂੰ ਪੱਕਾ ਧਿਆਨ ਨਹੀਂ ਹੈ। ਤੇ ਉਸ ਤੋਂ ਪਹਿਲੋਂ ਜਦੋਂ ਸਰੀਰ ਵਿੱਚ ਸਨ, ਮਤਲਬ ਕਿ ਸੰਤ ਹਜ਼ਾਰਾ ਸਿੰਘ ਜੀ ਕਈ ਸਾਲ ਪਹਿਲੀ ਗੱਲ ਦੱਸਦੇ ਸੀ ਕਿ ਆਪਣੀ ਕੰਨੀ ਅਸੀਂ ਸੁਣਿਆ ਇਹ ਗੱਲ ਉਹਨਾਂ ਨੇ ਕਹੀ ਸੀ, ਤੇ 9 ਕਿਲੋਮੀਟਰ ਤੇ ਉੱਥੇ ਮੀਲ ਗੱਡਿਆ। ਤੇ ਮਹਾਰਾਜ ਜੀ ਕੋਈ ਅੱਖਾਂ ਬੰਦ ਕਰਕੇ ਸਿਮਰਨ ਕਰ ਰਹੇ ਹੁੰਦੇ ਤੇ ਉਹ ਕਹਿੰਦੇ ਸੀ ਕਿਹਨੂੰ ਲੱਭ ਰਿਹਾ, ਘੱਟੇ ਦੇ ਸਾਹਮਣੇ ਤੁਰੇ ਫਿਰਨੇ। ਤੇ ਜਿਹੜੀ ਤੁਸੀਂ ਹੁਣੇ ਕਹਿ ਰਹੇ ਉਹ ਕੌਤਕ ਵੇਖਿਆ, ਜਿਸ ਤਰ੍ਹਾਂ ਮਹਾਰਾਜ ਦਰਸ਼ਨ ਦਾਸ ਜੀ ਨੇ ਦਾਸ ਧਰਮ ਦੀ ਸਥਾਪਨਾ ਕੀਤੀ 1980 'ਚ, ਪਹਿਲੋਂ ਨਾਮ ਮਹਾਰਾਜ ਦਰਸ਼ਨ ਦਾਸ ਨੇ ਰੱਖਿਆ ਸੀ ਦਾਸ ਸੰਪਰਦਾਇ, 1981 ਬਦਲ ਕੇ ਫਿਰ ਦਾਸ ਧਰਮ ਕੀਤਾ ਮਹਾਰਾਜ ਦਰਸ਼ਨ ਦਾਸ ਜੀ ਨੇ ਨਾਮ। ਉਸ ਟਾਈਮ ਮਹਾਰਾਜ ਕਹਿਣ ਲੱਗੇ ਪੁੱਤਰ ਤੂੰ ਬਿਜਲੀ ਦਾ ਵੇਖਿਆ ਕਰ, ਤੇ ਸਾਡੇ ਦਫ਼ਤਰ ਵੀ ਵੇਖਿਆ ਕਰ, ਸਾਫ਼ ਸਫਾਈ ਜਾਂ ਜਿਹੜੀ ਸੰਗਤ ਆਵੇ। ਉਹਨਾਂ ਕਿਹਾ ਸੀ ਗੁੜ ਦਾ ਜਲ ਬਣਾਇਆ ਕਰ, ਦੋ ਘੜੇ ਲਾਇਆ ਵੱਡੇ, ਤੇ ਉਹ ਗੁੜ ਦਾ ਜਲ ਜਿਹੜਾ ਵੀ ਆਵੇ ਉਹਨੂੰ ਖਾਲੀ ਨਹੀਂ ਜਾਣ ਦੇਣਾ, ਉਹਨੂੰ ਜ਼ਰੂਰ ਪਿਆਉਣਾ, ਔਰ ਇਹਦੇ ਨਾਲ ਦੁੱਖ ਕੱਟੇ ਜਾਣਗੇ ਪੁੱਤਰ ਬਚਣ।
ਅਸੀਂ ਡੇਲੀ ਜਾ ਕੇ ਦੋ ਨੰਬਰ ਤੋਂ ਗੁਰਦੇ ਢਾਈਏ ਲਿਆਉਣੇ, ਢਾਈ ਕਿਲੋ ਦਾ ਇੱਕ ਪੇਸੀ ਜੀ ਹੁੰਦੀ ਹੈ ਵੱਡੀ ਬਣੀ ਹੋਈ, ਤੇ ਉਹ ਤਿੰਨ ਚਾਰ ਅਸੀਂ ਸ਼ਾਇਦ ਲਿਆਉਂਦੇ ਸੀ, ਚਾਰ ਪੰਜ ਉਹ ਲਿਆ ਕੇ ਗੁਰਦਾ ਜਲ ਬਣਾਉਣਾ, ਗੁਰਦਾ ਜਲ ਬਣਾ ਕੇ ਜਿਹੜੀ ਸੰਗਤ ਆਉਣੀ ਉਹਨਾਂ ਨੂੰ ਫਿਰ ਅਸੀਂ ਪਿਆਉਣਾ। ਤੇ ਉਹ ਵੀ ਤੁਹਾਨੂੰ ਗੱਲ ਦੱਸਣਾ, ਮਹਾਰਾਜ ਕੌਤਕ ਮਹਾਰਾਜ ਦੀ ਕਿਰਪਾ ਰਹਿਮਤ, ਇੱਕ ਪੰਡਿਤ ਜੀ ਆਉਂਦੇ ਹੁੰਦੇ ਸੀ ਇੱਥੋਂ ਰੇਲ ਵਿੱਚ ਨੌਕਰੀ ਸੀ ਉਹਨਾਂ ਦੀ, ਸ਼ਿਵਾਜੀ ਗੋਲਫ ਪਾਰਕ ਤੋਂ ਤੇ ਨੰਬਰ ਗਲੀ ਜੀ, ਉਹਨਾਂ ਦੀਆਂ ਲੱਕੜਾਂ ਲੰਗਰ ਬਣਾਉਣ ਆਉਂਦੀਆਂ ਨੇ ਵੈਸੇ ਜੀ। ਤੇ ਉਹ ਆਏ ਕਹਿੰਦੇ ਬਾਬਾ ਜੀ ਆ ਗਏ ਅੰਦਰੋਂ, ਮੈਂ ਜੀ ਅਜੇ ਤਾਂ ਨੀ ਆਏ, ਆਉਣ ਹੀ ਵਾਲੇ ਨੇ। ਕਹਿੰਦੇ ਕਦੋਂ ਤੱਕ ਆਉਣਗੇ? ਮੈਂ ਜੀ ਆ ਜਾਂਦੇ ਹੁਣੇ ਆ ਜਾਂਦੀ, ਤੇ ਥੋੜਾ ਟਾਈਮ ਵੀ ਲੱਗ ਸਕਦਾ, ਬਾਕੀ ਤੁਸੀਂ ਅਜੇ ਸਤਸੰਗ ਗੱਲ ਕਹਿੰਦੇ ਉਹਨਾਂ ਨੂੰ ਸਤਸੰਗ ਗੱਲ ਮੱਥਾ ਟੇਕ ਕੇ ਫਿਰ ਮੈਂ ਦੁਬਾਰਾ ਆ ਜਾਂਦਾ। ਮੈਂ ਜੀ ਪਹਿਲਾਂ ਜਲ ਪੀਓ ਪੰਡਿਤ ਜੀ। ਕਹਿੰਦਾ ਵੀ ਮੇਰੇ ਪੇਟ ਜਿਹੜਾ ਜੂਨ ਜੁਲਾਈ ਦਾ ਮਹੀਨਾ ਸੀਗਾ ਜਿਹੜਾ ਹੁਣ ਹਾੜ ਦਾ ਮਹੀਨਾ ਚੱਲ ਰਿਹਾ, ਤੇ ਧੁੱਪਾਂ ਬੜੀਆਂ ਤੇਜ਼ ਉਦੋਂ ਲੱਗਦੀਆਂ ਸੀ। ਕਹਿੰਦਾ ਵੀ ਮੇਰਾ ਪੇਟ ਖਰਾਬ ਹੈ, ਗੁੜ ਗੁੜ ਹੋ ਰਿਹਾ, ਮੈਂ ਜਲ ਗੁੜ ਦਾ ਜਲ ਨਹੀਂ ਪੀਣਾ, ਵੀ ਇਹਨਾਂ ਦਾ ਮੇਰਾ ਹੋਰ ਪੇਟ ਖਰਾਬ ਹੋ ਜਾਏਗਾ। ਉਹ ਮੈਂ ਕਿਹਾ ਪੰਡਿਤ ਜੀ ਇਹ ਮਹਾਰਾਜ ਦਰਸ਼ਨ ਦਾ ਅਜੀ ਦਾ ਵਚਨ ਹੈਗਾ, ਇਹਦੇ ਨਾਲ ਪੇਟ ਠੀਕ ਹੋਏਗਾ, ਖਰਾਬ ਨਹੀਂ ਹੋਏਗਾ, ਤੁਸੀਂ ਪੀਓ। ਕਹਿੰਦੇ ਨਹੀਂ 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 ਕਰਦੇ, ਮੈਂ ਥੋੜ੍ਹਾ ਜਿਹਾ ਅੱਧੇ ਤੋਂ ਵੀ ਅੱਧਾ ਗਲਾਸ ਜ਼ਬਰਦਸਤੀ ਦਿੱਤਾ। ਮੈਂ ਜੀ ਇਹ ਤੁਸੀਂ ਪੀਓ, ਇਹ ਮਹਾਰਾਜ ਦਾ ਹੁਕਮ ਹੈਗਾ ਕਿ ਖਾਲੀ ਨਹੀਂ ਜਾਏਗਾ, ਇਹਦਾ ਦਫ਼ਤਰ ਆਏਗਾ, ਇਹ ਪਿਆਉਣਾ ਹੈਗਾ ਜਲ। ਉਹਨੇ ਪੀਤਾ, ਪੀ ਕੇ ਤੇ ਚਲਾ ਗਿਆ ਜੀ ਸਤਸੰਗ। ਪੰਡਿਤ ਜੀ ਚਲੇ ਗਏ, ਚਲੇ ਗਏ ਉਸ ਤੋਂ ਭੱਜੇ ਹੀ ਆਉਣ, ਭੱਜੇ ਹੀ ਆ ਰਹੇ। ਕਹਿੰਦੇ ਜਗੀਰ ਜਗੀਰ, ਹਾਂਜੀ। ਕਹਿੰਦੇ ਪਿਆ ਯਾਰ, ਉਹਦੇ ਮੇਰਾ ਪੇਟ ਬਿਲਕੁਲ ਠੀਕ ਹੋ ਗਿਆ। ਮੈਂ ਫਿਰ ਕਹਿ ਰਿਹਾ ਮਹਾਰਾਜ ਦਰਸ਼ਨ ਦੇ, ਬੱਚਿਆਂ ਨੂੰ ਦੋ ਕੱਟੇ ਜਾਣਗੇ। ਉਹ ਜੱਗ ਭਰ ਕੇ ਫਿਰ ਜਲ ਪੀ ਗਿਆ, ਮੈਂ ਪਾਈ ਜਾਵਾਂ ਗਲਾਸ ਚੋਂ, ਪੀਬੀ ਜਾਵੇ ਪਾਈ ਜਾਵਾਂ ਪੀਬੀ ਜਾਵੇ। ਉਸ ਟਾਈਮ ਭਾਜੀ ਦੋ ਬੰਦੇ ਜਾਂ ਤਿੰਨ ਬੰਦੇ ਸਾਡੇ ਸਾਹਮਣੇ ਆਏ ਸੀ, ਸਰਦਾਰ ਜੀ ਗੀਤਾ ਕਲੋਨੀ ਗਾਂਧੀ ਨਗਰ ਸਾਈਡ, ਤੇ ਮਹਾਰਾਜ ਦਰਸ਼ਨਦਾਸ ਜੀ ਬਾਹਰ ਹੀ ਬੈਠੇ ਸਨ ਕੁਰਸੀ ਡਾ ਕੇ ਕੁਦਰ ਕੇ। ਉਹ ਆਏ, ਕਹਿੰਦੇ ਬਾਬਾ ਜੀ ਅਸੀਂ ਸੌ ਸਾਖੀ ਤੁਹਾਡੇ ਬਾਰੇ ਪੜ੍ਹਿਆ ਹੈ, ਤੇ ਸੌ ਸਾਖੀ ਪੜ੍ਹ ਕੇ ਅਸੀਂ ਤੁਹਾਡੇ ਦਰਸ਼ਨ ਕਰਨ ਵਾਸਤੇ ਆਏ। ਤੇ ਬਾਬਾ ਦਰਸ਼ਨਦਾਸ ਜੀ ਹੱਥ ਜੋੜ ਕੇ ਕਹਿਣ ਲੱਗੇ, ਮਹਾਂਪੁਰਖੋ ਅਸੀਂ ਤੁਹਾਡੇ ਦਰਸ਼ਨ ਕਰਨ ਵਾਸਤੇ ਬੈਠੇ। ਉਹ ਆਏ ਦਰਸ਼ਨ ਕਰਕੇ, ਉਹਨਾਂ ਨੇ ਨਮਸਕਾਰ ਕੀਤੀ ਤੇ ਚਲੇ। ਦੋ ਜਾਂ ਤਿੰਨ ਸਰਦਾਰ ਜੀ ਸਾਡੇ ਸਾਹਮਣੇ ਆਏ, ਔਰ ਇਹ ਮਹਾਰਾਜ ਦਰਸ਼ਨਦਾਸ ਜੀ ਵੀ ਕਹਿੰਦੇ ਸੀ ਕਿ ਸੌ ਸਾਖੀ ਸਾਡੇ ਬਾਰੇ ਬਿਲਕੁਲ ਕਲੀਅਰ ਕੱਟ ਲਿਖਿਆ, ਕਿਉਂਕਿ ਜਿਹੜੀ ਤਾਕਤ ਨੇ ਧਰਤੀ ਤੇ ਆਉਣਾ ਹੁੰਦਾ ਉਹਨਾਂ ਬਾਰੇ ਪਹਿਲੋਂ ਹੀ ਮਤਲਬ ਕਿ ਸਾਖੀਆਂ ਦੇ ਵਿੱਚ ਲਿਖਿਆ ਹੁੰਦਾ। ਗੁਰੂ ਨਾਨਕ ਸਾਹਿਬ ਨੇ ਆਉਣਾ ਇੱਥੇ ਨਾਨਕ ਤਪਾ ਦੇ ਨਾਮ ਤੇ, ਮਤਲਬ ਕਿ ਦੁਨੀਆਂ ਨੂੰ ਪਤਾ ਹੀ ਕਿ ਨਾਨਕ ਤਪਾ ਧਰਤੀ ਤੇ ਕੋਈ ਆਉਣਾ। ਇਸੇ ਤਰ੍ਹਾਂ ਹੀ ਭਾਈ ਬਾਲੇ ਵਾਲੀ ਸਾਖੀ 'ਚ ਵੀ ਲਿਖਿਆ ਮਹਾਰਾਜ ਦਰਸ਼ਨਦਾਸ ਜੀ ਬਾਰੇ ਕਿ ਜਦੋਂ ਗੁਰੂ ਨਾਨਕ ਸਾਹਿਬ ਸੱਚਖੰਡ ਪਹੁੰਚੇ ਨੇ ਸਰੀਰ ਸਮੇਤ, ਬਾਲਾ ਮਰਦਾਨਾ ਨਾਲ ਸੀਗੇ, ਔਰ ਬਾਲੇ ਮਰਦਾਨੇ ਨੂੰ ਉਹ ਭਗਤ ਪ੍ਰਹਲਾਦ ਜੀ ਕੋਲ ਸ਼ਾਇਦ ਬਿਠਾ ਗਏ ਨੇ, ਪਰ ਭਗਤ ਪ੍ਰਹਲਾਦ ਜੀ ਕੋਲ ਜਾਂ ਭਗਤ ਰੂਪ ਜੀ ਕੋਲ, ਤੇ ਉੱਥੋਂ ਜਦੋਂ ਸੱਚਖੰਡ ਤੋਂ ਹੋ ਕੇ ਆਏ ਨੇ, ਤੇ ਜਦੋਂ ਵਾਪਸ ਆਏ ਤੇ ਭਗਤ ਪ੍ਰਹਲਾਦ ਜੀ ਨੇ ਫਿਰ ਪੁੱਛਿਆ ਕਿ ਨਾਨਕ ਤਪਾ ਜੀ ਪਹਿਲੇ ਕਬੀਰ ਸਾਹਿਬ ਸੱਚਖੰਡ ਪਹੁੰਚੇ ਨੇ, ਦੂਜੇ ਤੁਸੀਂ ਸਰੀਰ ਸਮੇਤ ਪਹੁੰਚੇ ਹੋ, ਕੀ ਕੋਈ ਹੋਰ ਵੀ ਪਹੁੰਚ ਸੀ? ਭਾਈ ਬਾਲਾ ਜੀ ਨੇ ਇਸ ਤਰ੍ਹਾਂ ਲਿਖਿਆ, ਕੋਈ ਹੋਰ ਵੀ ਪਹੁੰਚ ਸੀ? ਉਹਨਾਂ ਕਿਹਾ ਹਾਂ, ਜਿਹੜੀ ਤੀਜੀ ਤਾਕਤ ਸੱਚਖੰਡ ਪਹੁੰਚੇਗੀ ਉਹ ਧਰਤੀ ਪੰਜਾਬ ਦੀ ਹੋਏਗੀ, ਸ਼ਹਿਰ ਬਟਾਲਾ ਹੋਏਗਾ, ਵਰਨ ਜੱਟ ਬ੍ਰਾਹਮਣ ਹੋਣਗੇ, ਨੀਲ ਰਹਿਤ ਉਹਨਾਂ ਦੇ ਵਸਤਰ, ਉਹ ਤੀਜੀ ਤਾਕਤ ਸੱਚਖੰਡ ਪਹੁੰਚੇ। ਵਾਹ ਵਾਹ, ਧੰਨ ਧੰਨ ਖਲੋ ਹੈ। ਇਹ ਇੰਨੇ ਸਾਡੇ ਚੰਗੇ ਕਰਮ ਕਿ ਸਾਨੂੰ ਉਹ ਦਾਤਾ ਖੁਦ ਮਿਲਿਆ, ਤੇ ਉਹਨੂੰ ਸਰੀਰਕ ਰੂਪ ਤੇ ਅਸੀਂ ਖੁਦ ਦੇਖਿਆ, ਖੁਦ ਦਰਸ਼ਨ ਕੀਤੇ, ਹੈ ਉਸ ਧਰਤੀ ਤੇ ਰਹੇ, ਉਹਨਾਂ ਦੀ ਆਉਂਦਿਆਂ ਜਾਂਦਿਆਂ ਸ਼ੋ ਮਿਲੀ ਹੈ। ਇਹ ਤੋਂ ਵੱਡੇ ਚੰਗੇ ਭਾਗ ਹੋਰ ਕੀ ਹੋ ਸਕਦੇ ਆ? ਬਿਲਕੁਲ ਜੀ ਬਿਲਕੁਲ, ਇਸ ਤਰ੍ਹਾਂ ਜੀ ਕਿ ਜਦੋਂ ਦਰਸ਼ਨ ਦਾ ਜੀ ਤੇ ਅਸੀਂ ਉੱਥੇ ਦਫ਼ਤਰ 'ਚ ਇਕੱਠੇ ਪਹਿਲੇ ਹੀ ਹੁੰਦੇ ਸਾਂ, ਮਹਾਰਾਜ ਦਰਸ਼ਨ ਦਾ ਜੀ ਹੁੰਦੇ ਸੀ ਤੇ ਅਸੀਂ ਹੁੰਦੇ ਸਾਂ, ਤੇ ਮਹਾਰਾਜ ਦਰਸ਼ਨ ਦਾ ਜੀ ਦੋ ਗੱਲਾਂ ਕਹਿੰਦੇ ਹੁੰਦੇ ਸੀ। ਇੱਕ ਤੇ ਕਹਿੰਦੇ ਹੁੰਦੇ ਸੀ ਪੁੱਤਰ ਦਰਸ਼ਨ ਦਾਸ ਦੁਨੀਆਂ ਨੂੰ ਦਰਸ਼ਨ ਦੇਣ ਵਾਸਤੇ ਆਇਆ, ਉਹ ਠੀਕ ਹੈ, ਮੈਂ ਮਹਾਰਾਜ ਸੱਚੇ ਪਾਤਸ਼ਾਹ ਜੋ ਤੁਸੀਂ ਕਹੋ ਬਿਲਕੁਲ ਸੱਚ ਹੈ ਸੱਚੇ ਪਾਤਸ਼ਾਹ। ਉਹ ਦੂਜਾ ਕਹਿੰਦੇ ਕਿ ਦਰਸ਼ਨ ਨਾਮ ਪੱਤੇ ਪੱਤੇ ਤੇ ਲਿਖਿਆ ਜਾਏ। ਔਰ ਉਸ ਦੌਰਾਨ ਇੱਕ ਵਾਰੀ ਇੱਕ ਸਾਧੂ ਆਏ, ਭਗਵਾਨ ਚੋਲਾ ਉਹਨਾਂ ਪਾਇਆ ਸੀ, ਔਰ ਉਹਨਾਂ ਨੂੰ ਮੈਨੂੰ ਅੰਦਰੋਂ ਇਸ ਮਹਿਸੂਸ ਹੁੰਦਾ ਕਿ ਜਿਵੇਂ ਉਹ ਤਪੀਸ਼ਵਰ ਸਨ, ਤਪ ਕਰਦੇ ਉੱਠ ਕੇ ਆਏ ਸੀ, ਉਹ ਜਿਵੇਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਮਾਲਕ ਧਰਤੀ ਦਾ ਧਰਤੀ ਤੇ ਇੱਥੇ ਬੈਠੇ ਨੇ। ਸਿੱਧੇ ਆਏ, ਉਹਨਾਂ ਕਿਹਾ ਕੋਈ ਪੁੱਛਿਆ ਨਹੀਂ ਕੁਛ ਨਹੀਂ, ਸਿੱਧੇ ਆਏ ਆ ਕੇ ਦਫ਼ਤਰ ਦੇ ਵਿੱਚ। ਅਸੀਂ ਗੇਟ ਤੇ ਖੜੇ ਸਾਂ, ਗੇਟ ਦੇ ਅੰਦਰ, ਤੇ ਗੇਟ ਦੇ ਨਾਲ ਹੀ ਅੰਦਰ ਥੋੜ੍ਹਾ ਜਿਹਾ ਮਹਾਰਾਜ ਕੁਰਸੀ ਦੇ ਉੱਤੇ ਬੈਠੇ ਸਨ। ਉਹਨਾਂ ਨੇ ਥੱਲੇ ਗੋਡੇ ਟੇਕ ਕੇ
उन्होंने महाराज दर्शनदास के चरणों के उत्ते मत्था रख के मत्था टेकया। मत्था टेक के गोडिया पर हांजी खड़े हो गए, हाथ जोड़ के खड़े हांजी बैठ के कहते बाबा जी मैं नाम दे दो। महाराज दर्शनदास जी कह लगे कि एक सच बोलना है, एक रात का जागरण करो, एक घर घर से आए दुश्मन की सेवा करनी, घर के दुश्मन भी आ जाए तो सेवा करना, तीन चीजें बनाओ फिर देखेंगे। ये नहीं क्या फिर नाम दे देंगे, महाराज दर्शनदास जी कह लगे फिर देखेंगे। तो असं उदो सोचा कि यार अं कि भागशाली हाँ, महाराज दर्शनदास ने सानू पहली बारी नाम देता। अपनी फौज अपने प्यारे कठे करन आया, जेडे पिछो रह गए सी, ठीक है उन्होंने मैं लभन आया, उन्होंने कठिया करना। ते तुहाडी गल ठीक है, असि बड़े भागा वाले हाँ, वो अज मेरा ख्याल चलो मैं भी भागा वाला तुहाडे मुखारबिन तो यह सुनिया, ठीक है आप देखना आप करना वह वक्री गल है, पर जेड़ा हर थां ते जगीर पाजी हर बंदा नहीं महाराज दे नाल रहा, जेड़े टाइम ते तुसी सी उन्हां दे कोल उस टाइम ते मैं नहीं सी जां होर कोई नहीं सीगा, ते हर बंदा महाराज की हर गल नूं नहीं दस सकदा। पहली ते गल उन्हां दी कला उन्हां दी व्याख्यान कर ही नहीं सकदे, उन्हां बारे कोई लफ्ज़ ही नहीं हैगे कि जेड़े असीं दस सकीए, ਉਹ ਹੈ ਹੀ ਨਹੀਂ। ਉਹਨਾਂ ਦਾ ਚਿਹਰਾ, ਉਹਨਾਂ ਦਾ ਗੁਲਾਬ ਜਿਹਦਾ ਤੁਸੀਂ ਦੱਸਿਆ ਕਿ ਜਿਹੜਾ ਦੇਖਦਾ ਸੀਗਾ ਉਹ ਹੀ ਸੋਚਦਾ ਸੀ ਕਿ ਯਾਰ ਇੰਨਾ ਹੈਂਡਸਮ, ਇੰਨਾ ਸੋਹਣਾ ਸੁਨੱਖਾ, ਇਹ ਨੀ ਪਤਾ ਇਹ ਪੀਰਾਂ ਦਾ ਪੀਰ ਹੈ, ਇਹ ਖੁਦ ਆਪ ਸਾਨੂੰ ਭੁਲੇਖੇ ਚ ਪਾ ਕੇ ਆਪ ਖੁਦ ਇੱਥੇ ਖੜਾ ਸਾਡੇ ਵਾਂਗੂ ਹੋ ਕੇ, ਹੈ ਸਾਡੇ ਵਾਂਗੂ ਉੱਥੇ ਟਾਈਮ ਕੱਟਿਆ ਇੱਕ ਛੋਟੇ ਜਿਹੇ ਕਮਰੇ ਚ, ਸਾਡੇ ਵਾਂਗੂ ਧੁੱਪਾਂ ਸਹੀ ਆ, ਠੀਕ ਹੈ ਸਾਡੇ ਵਾਂਗੂ ਗਰਮੀਆਂ ਸਹੀ ਆ, ਆਪਣੇ ਸਿਰਾਂ ਦੇ ਉੱਤੇ ਮਿੱਟੀ ਢੋਈ ਹੈ, ਤੇ ਉਹ ਸਾਨੂੰ ਸਿਖਾ ਰਹੇ ਸੀ ਕਿ ਵੀ ਨਹੀਂ ਜਦੋਂ ਇੱਥੇ ਰਹਿਣਾ ਤੇ ਆਪਣੇ ਆਪ ਨੂੰ ਨੀਵਾਂ ਰੱਖ ਕੇ ਰਹਿਣਾ, ਸੇਵਾ ਕਰਨੀ ਹੈ, ਪਿਆਰ ਕਰਨਾ ਹੈ, ਜਿੱਦਾਂ ਤੁਸੀਂ ਕਿਹਾ ਕਿ ਦੁਸ਼ਮਣ ਵੀ ਘਰ ਚ ਆਵੇ ਉਹਦਾ ਵੀ ਅਦਬ ਸਤਿਕਾਰ ਕਰਨਾ, ਆਪਣੀ ਹਉਮੈ ਨਹੀਂ ਦੱਸਣੀ, ਆਪਣੀ ਹੋਂਦ ਨਹੀਂ ਦੱਸਣੀ ਕਿ ਮੈਂ ਕਿੱਡਾ ਵੱਡਾ, ਆਪਣੇ ਆਪ ਨੂੰ ਨੀਵਾਂ ਰੱਖਣਾ, ਤਾਂ ਤੁਸੀਂ ਆਪਣੇ ਸੱਚੇ ਦਾਸ ਕਹਾ ਸਕਦੇ। ਤੇ ਅੱਜ ਬਹੁਤ ਬਹੁਤ ਧੰਨਵਾਦ ਤੁਹਾਡਾ, ਮੈਂ ਵੀ ਇਹ ਫਕਰ ਮਹਿਸੂਸ ਕਰਦਾ, ਮਹਾਰਾਜ ਨੇ ਕਿਹਾ ਸੀ ਮੇਰੇ ਦਾਸ ਮੇਰੀ ਗਾਂ ਇਹ ਜੋਤ ਲੈ ਕੇ ਜਾਣਗੇ, ਪੱਤੇ ਪੱਤੇ ਤੇ ਜਿੱਦਾਂ ਤੁਸੀਂ ਕਿਹਾ ਦਰਸ਼ਨਦਾਸ ਦਾ ਨਾਂ ਹੋਏਗਾ, ਇਹ ਇੱਦਾਂ ਹੀ ਹੋਏਗਾ ਜਿੱਦਾਂ ਤੁਹਾਡੇ ਵਰਗੇ ਪਿਆਰੇ ਇਹ ਚੀਜ਼ਾਂ ਉਹਨਾਂ ਦੀਆਂ ਦੂਸਰਿਆਂ ਨੂੰ ਦੱਸਣਗੇ, ਤੇ ਦੂਸਰੇ ਗਾਂ ਦੂਸਰਿਆਂ ਨੂੰ ਦੱਸਣਗੇ, ਤੇ ਉਹਦੀ ਮਹਿਮਾ ਜਿਹੜੀ ਹੈ ਘਰ ਘਰ ਚ ਪੱਤੇ ਪੱਤੇ ਤੇ ਆਪਣੇ ਆਪ ਹੀ ਪਹੁੰਚ ਜਾਏਗੀ। ਅੱਜ ਦੇ ਲਈ ਇੰਨਾ ਹੀ, ਫਿਰ ਆਪਾਂ ਦੂਸਰੇ ਐਪੀਸੋਡ ਦੇ ਵਿੱਚ ਤੁਹਾਡੇ ਕੋਲੋਂ ਗਾਂ ਦੀ ਯਾਤਰਾ ਪੁੱਛਾਂਗੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ ਸਰਬੱਤ ਦਾ ਭਲਾ, ਧੰਨ ਗੁਰਦਰਸ਼ਨ, ਧੰਨਵਾਦ, ਧੰਨ ਗੁਰਦਰਸ਼ਨ। ਸਾਂਝੀ ਜਗੀਰ ਬਿਜਲੀ ਜਿਹਨਾਂ ਦਾ ਨਾਮ ਮਹਾਰਾਜ ਜੀ ਨੇ ਬਿਜਲੀ ਰੱਖਿਆ, ਤੇ ਅਸੀਂ ਵੀ ਜਦੋਂ ਡੇਰੇ ਬੁਲਾਉਂਦੇ ਸੀ ਇਹਨਾਂ ਨੂੰ ਤੇ ਜਗੀਰ ਭਾਜੀ ਦੇ ਨਾਂ ਨਾਲ ਹੀ ਸੰਬੋਧਨ ਕਰਦੇ ਹੁੰਦੇ ਸੀਗੇ, ਨਾ ਬਿਜਲੀ ਨਾਲ ਜਗੀਰ ਭਾਜੀ ਨੇ ਬਿਜਲੀ ਭਾਜੀ, ਕੋਈ ਜਗੀਰ ਕਹਿੰਦਾ ਕੋਈ ਬਿਜਲੀ ਭਾਜੀ, ਤੇ ਧੰਨ ਹੈ ਕਿ ਜਿਹਨਾਂ ਨੂੰ ਮਹਾਰਾਜ ਦੇ ਕੋਲੋਂ ਜਾਂ ਹਜ਼ੂਰ ਦੇ ਕੋਲੋਂ ਇਹ ਨਾਮ ਮਿਲਿਆ, ਉਹਨਾਂ ਦੀ ਸ਼ੋਅ ਪ੍ਰਾਪਤ ਹੋਈ। ਸੋ ਸਾਨੂੰ ਗੁਰੂ ਤੇ ਕਦੀ ਡਾਊਟ ਨਹੀਂ ਕਰਨਾ ਚਾਹੀਦਾ, ਕਹਿੰਦੇ ਭਰੋਸਾ ਰੱਖ ਗੁਰੂ ਆਪਣੇ ਤੇ ਕਾਰਜ ਜਿੰਨਾ ਸਵਾਰਿਆ। ਸੋ ਗੁਰੂ ਤੇ ਭਰੋਸਾ ਰੱਖੋ ਤੇ ਤੁਹਾਨੂੰ ਸਭ ਕੁਛ ਦਿਖੇਗਾ, ਸਭ ਕੁਛ ਮਿਲੇਗਾ। ਹਾਂ ਕਈ ਚੀਜ਼ਾਂ ਨਹੀਂ ਹੁੰਦੀਆਂ, ਨਹੀਂ ਮਿਲਦੀਆਂ, ਇਹ ਨਹੀਂ ਕਿ ਉਹ ਦੇਣਾ ਨਹੀਂ ਚਾਹੁੰਦਾ, ਇਹ ਹੈ ਕਿ ਉਹ ਸਾਡੇ ਵਾਸਤੇ ਠੀਕ ਨਹੀਂ। ਸੋ ਕੋਈ ਵੀ ਮਾਂ ਬਾਪ ਆਪਣੇ ਬੱਚੇ ਤੇ ਨੂੰ ਨਾਰਾਜ਼ ਨਹੀਂ ਦੇਖਣਾ ਚਾਹੁੰਦਾ, ਤੇ ਕੋਈ ਵੀ ਮਾਂ ਬਾਪ ਆਪਣੇ ਬੱਚੇ ਨੂੰ ਮਾੜੇ ਰਸਤੇ ਤੇ ਚੱਲਦਾ ਨਹੀਂ ਦੇਖਣਾ ਚਾਹੁੰਦਾ। ਸੋ ਇਸ ਕਰਕੇ ਜੋ ਸਾਡੇ ਵਾਸਤੇ ਠੀਕ ਹੈ ਮਹਾਰਾਜ ਜੀ ਕਰਦੇ ਨੇ, ਸਾਨੂੰ ਦਿੰਦੇ ਨੇ, ਜੋ ਨਹੀਂ ਠੀਕ ਉਹ ਨਹੀਂ ਮਿਲਦਾ। ਸੋ ਮਹਾਰਾਜ ਜੀ ਦੇ ਉੱਤੇ ਆਪਣਾ ਵਿਸ਼ਵਾਸ, ਆਪਣਾ ਭਰੋਸਾ ਬਣਾਈ ਰੱਖੋ, ਔਰ ਜੋ ਉਹਨਾਂ ਨੇ ਕਿਹਾ ਕਿ ਮੈਂ ਨਹੀਂ, ਜੋ ਮੈਂ ਕਹਿ ਰਿਹਾ ਤੁਸੀਂ ਉੱਤੇ ਚੱਲਣਾ,
कि मेरे सेवक का कदी दिल नहीं दिखाना, मेरे सेवक नू कदी माड़ा नहीं बोलना, मेरे सेवक का कदी तिरस्कार नहीं करना, निंदिया चुगली नहीं करनी। जे मैं जानदा तो तुसी मेरे को आए हो, तो जे मैं जानदा जे तुसी ये चीज़ां करोगे तो मैनू सब पता। तो पापां दे पग भांडे ना भरो, असी ना भरीए, मैं तुहाडे विच आ, मैं भी तुहाडे नाल ही हाँ। असी वो करिए जो महाराज ने कहा, हर एक ना प्यार करो, बंदे ना बंदा, कंधे ना कंधा, ते रब दा सिमरन करो। ये चीज़ा मिलदियां रहनियां, रब कहिंदा कि कदी कमी नहीं आती, असी मंगदे रहना ते उंदे देंदे नहीं थकना, शायद असी थक जाना लेंदे। आज दे लई इन्ना ही, अगर दास कोलों कोई गलती हो गई होवे हाथ जोड़ के माफ़ी चाहता। ये जो कुछ भी उन्होंने दसिया है उन्होंने अपनी भावना जां जो उन्होंने देखिया जो आज उन्होंने सुनिया उन्होंने बीतिया उन्होंने दसिया, तो गां वास्ते होर किसी नवे दास जी लैके आवांगे। तो तुसी प्लीज़ इनू गां भी फॉरवर्ड करो, जिहड़े तुहाडे होर भी सज्जन मित्र ने सेवक ने, ताकि वह भी गुरु की महिमा गुरु की उपमा सुन सकन। अज दे लई इन्ना ही, देखते रहना दर्शन सागर सुचो जरनी। नानक नाम चढ़दी कला, तेरे भाणे सरबत दा भला, धन गुरदर्शन।